सत श्री अकाल। तुसीं देख रहे हो तख्त पंजाब। मैं तुहाडे नाल सुखविंदर सिंह, मेरे नाल पंजाबी यूनिवर्सिटी दे साहित्य अध्ययन विभाग दे प्रोफेसर डॉक्टर भीमेंद्र सिंह जी मौजूद ने। अक्सर सियासी मसलियां दे उत्ते भी तुसीं डॉक्टर साहब नूं देखिया होणा कि वह अपने विचार रखते हैं। कुछ अहम मुद्दों के उत्ते चर्चा करनी है, वह सिक्ख्या दे नाल जुड़े पंजाबी यूनिवर्सिटी जां जिहड़ियां धांधलियां हो रही हैं जिवें पेपर लीक हो जाना जां जो कुछ पी टैट नूं लैके पंजाब टीचर एलिजिबिलिटी टैस्ट नूं लैके सामने आई है, उहदे उत्ते गलबात करांगे। सरकार दा रोल की है उहदे उत्ते वी गलबात करांगे। स्वागत है तुहाडा डॉक्टर साहब। बहुत बहुत शुक्रिया, मेहरबानी, धन्यवाद सुखविंदर जी। धन्यवाद, बहुत शुक्रिया जी। बहुत चिर बाद अपनी ये गलबात होण लगी आ। सवाल है पंजाबी यूनिवर्सिटी दा, काफ़ी सवाल उठ रहे ने यूनिवर्सिटी दे प्रबंधन नूं लैके, सरकार दी कारगुजारी उत्ते, सरकार दी मंशा दे उत्ते। ਤੁਸੀਂ ਤੇ ਇਸ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਹੋ, ਨਿਰੰਤਰ ਉੱਥੇ ਆਪਣੀ ਸੇਵਾਵਾਂ ਦੇ ਰਹੇ ਹੋ, ਪਰ ਜਿਹੜੀ ਗੱਲ ਇਹ ਆ ਕਿ ਇੱਕ ਤਾਂ ਬੀਸੀ ਸਾਹਿਬ ਦੇ ਉੱਤੇ ਵੀ ਉਂਗਲਾਂ ਉੱਠਦੀਆਂ ਨੇ, ਹਾਲਾਂਕਿ ਉਹ ਕਹਿੰਦੇ ਨੇ ਕਿ ਕੋਈ ਇਹੋ ਜਿਹਾ ਸੰਬੰਧ ਨਹੀਂ ਕਿਸੇ ਸਿਆਸੀ ਪਾਰਟੀ ਦੇ ਨਾਲ, ਪਰ ਬੀਸੀ ਸਾਹਿਬ ਨੂੰ ਸ਼ਾਬਾਸ਼ ਦਿੱਤੀ ਜਾ ਰਹੀ ਹੈ ਕਿ ਉਹ ਬੜੇ ਖੁੱਲ੍ਹ ਕੇ ਇਸ ਮਸਲੇ ਤੇ ਸਾਹਮਣੇ ਆਏ ਨੇ ਕਿ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ, ਉਹ ਪੰਜਾਬੀ ਯੂਨੀਵਰਸਿਟੀ ਨੂੰ ਨੁਕਰੇ ਲਾਉਣਾ ਚਾਹੁੰਦੀ ਹੈ। ਤੁਹਾਡਾ ਕੀ ਮੰਨਣਾ ਤੁਸੀਂ, ਕਿਉਂਕਿ ਤੁਸੀਂ ਤੇ ਜ਼ਮੀਨੀ ਪੱਧਰ ਤੇ ਉੱਥੇ ਹੁੰਦੇ ਹੋ। ਸੁਖਵਿੰਦਰ ਜੀ, ਪਹਿਲਾਂ ਤਾਂ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਾਂਗਾ। ਤੁਸੀਂ ਵੀ ਇਸ ਯੂਨੀਵਰਸਿਟੀ ਨਾਲ ਸਿੱਧੇ ਸਿੱਧੇ ਤੌਰ ਤੇ ਜੁੜੇ ਹੋਏ ਹੋ, ਤੁਹਾਨੂੰ ਵੀ ਕੋਈ ਕੰਮ ਪੈਂਦਾ ਹੋਏਗਾ, ਤੁਹਾਡਾ ਤਜਰਬਾ ਕੀ ਰਿਹਾ ਮੈਨੂੰ ਤੁਸੀਂ ਬੜੇ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ। ਜੀ ਜੀ, ਮੇਰਾ ਕੋਈ ਇੰਨਾ ਤਜਰਬਾ ਤਾਂ ਨਹੀਂ ਹਾਏ ਆ ਕਿ ਕੋਈ ਜਿੰਨਾ ਵੀ ਰਿਹਾ ਤੁਸੀਂ ਖੁੱਲ ਕੇ ਦੱਸ ਦਿਓ ਇੱਕ ਵਾਰੀ ਕਿ ਮੇਰੇ ਨਾਲ ਆਹ ਠੀਕ ਹੋਇਆ ਆਹ ਗਲਤ ਹੋਇਆ, ਫਿਰ ਉੱਥੇ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ। ਹਾਂਜੀ ਹਾਂਜੀ ਡਾਕਟਰ ਸਾਹਿਬ, ਉਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਕੋਈ ਮਾੜਾ ਮੋਟਾ ਕੋਈ ਕੰਮ ਕਾਰ ਇਹੋ ਜਿਹਾ ਕਰਾਉਣਾ ਹੋਵੇ ਕਿ ਉੱਥੋਂ ਕੋਈ ਮੇਰੇ ਖਿਆਲ 'ਚ ਕੋਈ ਵੈਸਤ ਦੇ ਮਾਮਲੇ ਦੇ ਵਿੱਚ ਮੈਂ ਗਿਆ ਸੀਗਾ, ਕੋਈ ਸਾਡੇ ਜਾਣਕਾਰ ਦੀ ਸੀਗੀ ਤੇ ਉਹਨੂੰ ਲੈ ਕੇ ਥੋੜੀ ਜਿਹੀ ਖੱਜਲ ਖੁਆਰੀ ਝੱਲਣੀ ਪਈ। ਤੁਹਾਨੂੰ ਤਾਂ ਪਤਾ ਕਿਉਂਕਿ ਮੈਂ ਤੁਹਾਡੇ ਤੱਕ ਸੰਪਰਕ ਕਰਕੇ ਉਸ ਕੰਮ ਮੈਂ ਕੱਲਾ ਤੁਹਾਡੇ ਤੁਹਾਡੇ ਬਾਰੇ ਨਹੀਂ ਕਹਿ ਰਿਹਾ, ਇਹ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਉਂਦੇ ਨੇ, ਖੱਜਲ ਖੁਆਰ ਹੁੰਦੇ ਨੇ ਔਰ ਵਿਚਾਰੇ ਅਖੀਰ ਨੂੰ ਜਾਂ ਤਾਂ ਉਹ ਪੜ੍ਹਾਈ ਛੱਡ ਜਾਂਦੇ ਨੇ ਜਾਂ ਉਹ ਵਿੱਚ ਹੀ ਲਟਕ ਜਾਂਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਇਹਦੇ ਲਈ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ, ਇਹਦੇ ਲਈ ਸਿੱਧੇ ਜਾਂ ਸਿੱਧੇ ਤੌਰ ਤੇ ਜਿਹੜੇ ਯੂਨੀਵਰਸਿਟੀ ਦੇ ਹੈੱਡ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਬੀਸੀ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਵੀਡੀਓਜ਼ ਪਾਈਆਂ ਨੇ ਔਰ ਉਹ ਇਹ ਵੀ ਕਹਿ ਰਹੇ ਨੇ ਮੇਰਾ ਸਿਆਸੀ ਪਾਰਟੀ ਦੇ ਨਾਲ ਲਿੰਕ ਨਹੀਂ ਹੈ, ਤਾਂ ਪਹਿਲਾ ਕੰਮ ਉਹਨਾਂ ਦਾ ਇਹ ਬਣਦਾ ਹੈ ਕਿ ਯੂਨੀਵਰਸਿਟੀ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਕੰਟਰੋਲ ਕੀਤਾ ਜਾਏ, ਉਹਨੂੰ ਲੋਕਾਂ ਦੇ ਪੱਖ ਦੇ ਵਿੱਚ ਕਿਵੇਂ ਉਹਨੂੰ ਜਿਹੜਾ ਹੈਗਾ ਭੁਗਤਾਇਆ ਜਾ ਸਕਦਾ ਹੈ ਉਹਦੇ ਉੱਤੇ ਕੰਮ ਕਰਨਾ ਚਾਹੀਦਾ ਸੀਗਾ। ਜਦੋਂ ਤੋਂ ਵੀਸੀ ਸਾਹਿਬ ਆਏ ਨੇ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਵੀਸੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਧਰਨੇ ਤੇ ਧਰਨੇ ਲੱਗੇ ਹੁੰਦੇ ਨੇ। ਅੱਜ ਵੀ ਤੁਸੀਂ ਦੇਖੋ, ਅੱਜ ਵੀ ਜਿਹੜੇ ਚੁਣੀ ਹੋਈ ਸੰਸਥਾ ਹੈ, ਚਾਹੇ ਉਹ ਨਾਨ ਟੀਚਿੰਗ ਦੀ ਹੋਵੇ ਚਾਹੇ ਟੀਚਰ ਦੀ ਹੋਵੇ, ਪਿਛਲੇ 3-4 ਮਹੀਨੇ ਤੋਂ ਲਗਾਤਾਰ ਪੂਟਾ ਜਿਹੜੀ ਟੀਚਰਾਂ ਦੀ ਜਿਹੜੀ ਇੱਕ ਸੰਸਥਾ ਹੈ ਚੁਣੀ ਹੋਈ, ਉਹ ਲਗਾਤਾਰ ਵੀਸੀ ਸਾਹਿਬ ਦੇ ਜਿਹੜੇ ਦਫ਼ਤਰ ਦੇ ਅੱਗੇ ਧਰਨਾ ਲਾਇਆ ਹੋਇਆ। ਕੁਝ ਦਿਨ ਪਹਿਲਾਂ ਨਾਨ ਟੀਚਿੰਗ ਦੀ ਜਿਹੜੀ ਹੈਗੀ ਹੈ ਚੋਣ ਹੋਈ ਸੀਗੀ, ਉਹਦੇ ਵਿੱਚ ਐਂਟੀ ਜਿਹੜੀ ਵੀਸੀ ਦਾ ਧੜਾ ਸੀਗਾ ਉਹ ਜਿੱਤਿਆ, ਉਹ ਵੀ ਲਗਾਤਾਰ ਉੱਥੇ ਬੈਠੀ ਹੈ। ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਵੀਪਰ ਖਾਸ ਤੌਰ ਤੇ ਜੋ ਸਵੀਪਰਾਂ ਦੀ ਹੜਤਾਲ ਦੇ ਵਿੱਚ ਗੰਧ ਪਿਆ, ਕਿਉਂਕਿ ਤੁਸੀਂ ਬਾਹਰ ਗੇਟ ਦੇ ਵਿੱਚ ਉੱਤੇ ਵੀ ਦੇਖਿਆ ਹੋਣਾ। ਸੋ ਮੇਰਾ ਕਹਿਣ ਦਾ ਇਹ ਸਾਰੀਆਂ ਗੱਲਾਂ ਦੱਸਣ ਦਾ ਮਤਲਬ ਹੈ ਕਿ ਇੱਕ ਵੀਸੀ ਦੀ ਡਿਊਟੀ ਇਹ ਹੁੰਦੀ ਹੈ ਕਿ ਉਹ ਜਿਹੜਾ ਇੰਟਰਨਲ ਮਸਲੇ ਨੇ ਯੂਨੀਵਰਸਿਟੀ ਦੇ, ਚਾਹੇ ਉਹ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਹੋਣ ਚਾਹੇ ਅਕਾਦਮਿਕਤਾ ਨੂੰ ਲੈ ਕੇ ਹੋਣ, ਉਹਨਾਂ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਕਿਵੇਂ ਉਹਨਾਂ ਨੂੰ ਸੋਲਵ ਕਰਨਾ, ਕਿਵੇਂ ਯੂਨੀਵਰਸਿਟੀ ਦਾ ਨਾਮ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣਾ, ਸੋ ਉਹਦੀ ਡਿਊਟੀ ਹੈ। ਸੋ ਬਾਕੀ ਜਿਹੜੀ ਗੱਲ ਫੰਡਿੰਗ ਦੀ ਹੈ, ਫੰਡਿੰਗ ਦੀ ਤੁਸੀਂ ਵੀ ਕੱਲ ਪਿਆਰੇ ਲਾਲ ਗਰਗ ਜੀ ਹੋਰਾਂ ਨਾਲ ਤੁਸੀਂ ਦੋ ਇੰਟਰਵਿਊ ਸੁਣੀਆਂ ਹੋਣਗੀਆਂ ਔਰ ਉਹਨਾਂ ਨੇ ਕੀ ਕਿਹਾ ਸੀਗਾ ਕਿ ਸਰਕਾਰ ਨੇ ਪਿਛਲੇ 1 ਸਾਲ ਦੇ ਵਿੱਚ ਦੁੱਗਣਾ ਬਜਟ ਕੀਤਾ ਐਜੂਕੇਸ਼ਨ ਦਾ ਔਰ ਇਹ ਕੋਈ ਇਹ ਏਦਾਂ ਸੌਖਾ ਕੰਮ ਨਹੀਂ ਹੁੰਦਾ ਕਿ ਤੁਸੀਂ ਪਿਛਲੀਆਂ ਸਰਕਾਰਾਂ ਦੇਖ ਲਓ ਜਿਹੜੀਆਂ ਸਰਕਾਰਾਂ ਨੇ ਆਪਾਂ ਨੂੰ ਪਤਾ ਹੈ ਕਿ ਐਜੂਕੇਸ਼ਨ ਨੂੰ ਖੁੱਡੇ ਲੈਣ ਲਾਇਆ ਹੈ ਔਰ ਅੱਜ ਜੇ 150 ਕਰੋੜ ਰੁਪਈਆ ਯੂਨੀਵਰਸਿਟੀ ਦੇ ਉੱਤੇ ਕਰਜ਼ਾ ਚੜ੍ਹਿਆ ਤਾਂ ਇਹ ਕੋਈ ਐਵੇਂ ਨਹੀਂ ਚੜ੍ਹ ਗਿਆ, ਇਹ ਸਰਕਾਰਾਂ ਦੀਆਂ ਜਿਹੜੀਆਂ ਸੀਗੀਆਂ ਗਲਤ ਨੀਤੀਆਂ ਕਰਕੇ ਚੜ੍ਹਿਆ ਸੀਗਾ। ਸੋ ਸਰਕਾਰ ਜੀ ਇੱਥੇ ਥੋੜਾ ਜਿਹਾ ਆਪਾਂ ਜੇ ਤੁਸੀਂ ਕਹਿ ਰਹੇ ਸੀਗੇ ਜਿਹੜੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਜਿਹੜੇ ਯੂਨੀਵਰਸਿਟੀ ਦੇ ਅੰਦਰ ਧਰਨੇ ਪ੍ਰਦਰਸ਼ਨ ਨੇ ਉਹ ਕਿਸ ਮੁੱਦੇ ਨੂੰ ਲੈ ਕੇ ਨੇ, ਕੀ ਉਹ ਤਨਖਾਹਾਂ ਨੂੰ ਲੈ ਕੇ ਨੇ, ਕਿਉਂ ਲੈ ਕੇ ਨੇ, ਉਹ ਸਾਫ਼ ਕਰਿਓ
फिर ओदे नाल मैं एक होर सवाल करांगा। हाँ, इहदे च दो तीन मुद्दे हैगे आ जिहड़े तां टीचर साहिबान ने ਉਹ ਇੱਕ ਤਾਂ ਤਨਖਾਹ ਨੂੰ ਲੈ ਕੇ ਬੈਠੇ ਸੀ ਕਿਉਂਕਿ ਪਿਛਲੇ ਮੈਂ ਵੀ ਉੱਥੇ ਟੀਚਰ ਹਾਂ ਲਗਭਗ 2-2.5 ਮਹੀਨਿਆਂ ਤੋਂ ਸਾਨੂੰ ਤਨਖਾਹਾਂ ਨਹੀਂ ਮਿਲੀਆਂ। ਨੰਬਰ 1 ਇਹ ਹੈਗਾ। ਨੰਬਰ 2 ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਧਰਨੇ ਚੱਲ ਰਹੇ ਨੇ। ਨੰਬਰ 3 ਜਿਹੜੇ ਕੁਝ ਸਹਿਬਾਨ ਜਿਹੜੇ ਸਾਡੇ ਟੀਚਰ ਸਹਿਬਾਨ ਨੇ ਉਹਨਾਂ ਨੂੰ ਜਿਹੜਾ ਸੀਗਾ ਰਿਜੈਕਟ ਕੀਤਾ ਗਿਆ। ਉਹਨਾਂ ਦੀਆਂ API ਸਕੋਰ ਅਨੁਸਾਰ ਤਰੱਕੀਆਂ ਹੋਣੀਆਂ ਹੁੰਦੀਆਂ ਨੇ, ਉਹਨਾਂ ਦੀਆਂ ਫਾਈਲਾਂ ਜਿਹੜੀਆਂ ਨੇ ਹਜੇ ਰੁੜ ਰਹੀਆਂ ਨੇ ਜਾਂ ਉਹਨਾਂ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਰਿਜੈਕਟ ਕਰਨ ਕੀਤਾ ਗਿਆ। ਸੋ ਉਹਦੇ ਲਈ ਵੀ ਜਿਹੜੀ ਹੈਗੇ ਧਰਨੇ ਜਿਹੜੇ ਨੇ ਉਹ ਲੱਗ ਰਹੇ ਨੇ। ਜਦੋਂ ਅਸੀਂ ਨੋਨ ਟੀਚਿੰਗ ਦੀ ਗੱਲ ਕਰਦੇ ਹਾਂ ਤਾਂ ਨੋਨ ਟੀਚਿੰਗ ਦੇ ਵਿੱਚ ਜਿਹੜਾ ਹੈਗਾ ਜਿਹੜੇ ਹਾਇਰ ਜਿਹੜੀ ਪਦਵੀਆਂ ਨੇ ਉਹਨਾਂ ਦੇ ਵਿਰੁੱਧ ਜਿਹੜੇ ਨੇ ਉਹ ਧਰਨੇ ਲੱਗੇ ਹੋਏ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਕਿਸੇ ਨਾ ਕਿਸੇ ਕਾਰਨ ਕਰਕੇ ਚਾਹੇ ਉਹ ਤਨਖਾਹਾਂ ਨੂੰ ਲੈ ਕੇ ਹੋਵੇ, ਚਾਹੇ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਹੋਵੇ, ਚਾਹੇ ਮੈਂ ਨਹੀਂ ਕਹਿੰਦਾ ਕਿ ਇਕੱਲੇ ਟੀਚਰ ਹੀ ਧਰਨੇ ਲਾ ਰਹੇ ਨੇ, ਬਾਕੀ ਸਾਰੀਆਂ ਜਥੇਬੰਦੀਆਂ ਚਾਹੇ ਉਹ ਸਵੀਪਰਸ ਦੀਆਂ ਹੋਣ। ਤੁਸੀਂ ਪਿਛਲੇ ਦਿਨਾਂ 'ਚ ਮੈਂ ਫਿਰ ਕਹਾਂਗਾ ਕਿ ਜਿਵੇਂ ਉਹਨਾਂ ਦੇ ਵਿੱਚ ਵਿਰੋਧ ਦੇਖਣ ਨੂੰ ਮਿਲਿਆ ਔਰ ਉਹਨਾਂ ਨੇ ਕਿਵੇਂ ਗੇਟ ਦੇ ਵੀ ਔਰ VC ਸਾਹਿਬ ਦੇ ਦਫ਼ਤਰ ਦੇ ਅੰਦਰ ਜਾ ਕੇ ਜਿਹੜਾ ਸੀਗਾ ਉਹ ਗੰਦ ਸੁੱਟਿਆ ਗਿਆ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਥੋਂ ਤੱਕ ਨੌਬਤ ਕਿਉਂ ਵਧਣੀ ਚਾਹੀਦੀ ਹੈ, ਇੱਥੋਂ ਤੱਕ ਨੌਬਤ ਕਿਉਂ ਆਉਣੀ ਚਾਹੀਦੀ ਹੈ। ਹੁਣ ਡਾਕਟਰ ਸਾਹਿਬ ਮੇਰਾ ਸਵਾਲ ਇਹ ਆ ਕਿ ਇਹ ਧਰਨੇ ਪ੍ਰਦਰਸ਼ਨ ਜਿਵੇਂ ਤਨਖਾਹਾਂ ਦਾ ਮਸਲਾ ਹੋ ਗਿਆ ਜਾਂ ਆਪਣੀਆਂ ਮੰਗਾਂ ਦੀ ਗੱਲ ਹੁੰਦੀ ਹੈ, ਕੀ ਇਹਦੇ ਲਈ ਆਪਾਂ VC ਸਾਹਿਬ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਾਂ? ਕਿਉਂਕਿ ਜੇ ਉੱਤੋਂ ਪੈਸਾ ਨਹੀਂ ਆਉਣਾ, ਉੱਤੋਂ ਸਹਿਯੋਗ ਸਰਕਾਰ ਦਾ ਨਹੀਂ ਹੈਗਾ, ਤਾਂ ਫਿਰ ਇਹਦੇ ਲਈ VC ਸਾਹਿਬ ਜ਼ਿੰਮੇਵਾਰ ਕਿਉਂ? ਉਹਨਾਂ ਨੇ ਆਪਣੀ ਜੇਬ ਚੋਂ ਤਾਂ ਦੇਣਾ ਨਹੀਂ, ਤੇ ਫਿਰ ਉਹ ਵੀ ਤਾਂ ਸਰਕਾਰ ਕਹਿਣਗੇ, ਉਹ ਆਵਾਜ਼ ਚੁੱਕਣਗੇ ਆਪਣੀ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਮੰਨੇ। ਹਾਲਾਂਕਿ ਇਹ ਜ਼ਰੂਰ ਹੈ ਕਿਉਂਕਿ ਪ੍ਰਬੰਧ ਉਹਨਾਂ ਦੇ ਅੰਡਰ ਹੈ, ਇਸ ਕਰਕੇ ਜਿੰਨੇ ਮੁਲਾਜ਼ਮ ਤੇਰੇ ਨੇ ਉਹ ਸਾਰੀਆਂ VC ਸਾਹਿਬ ਨੂੰ ਘੇਰ ਦੀਆਂ। ਬਿਲਕੁਲ ਬਿਲਕੁਲ, ਬਹੁਤ ਅੱਛਾ ਸਵਾਲ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ VC ਸਾਹਿਬ ਲੱਗੇ ਸੀਗੇ, ਜਦੋਂ ਇਹਨਾਂ ਨੂੰ ਅਪਾਇੰਟਮੈਂਟ ਮਿਲੀ ਸੀਗੀ, ਤਾਂ ਉਸ ਵੇਲੇ ਵੀ ਲਗਭਗ ਇਹੀ ਹਾਲਤ ਸੀ। ਤੁਸੀਂ ਵੀ ਜਾਣਦੇ ਹੋ 2 ਸਾਲ ਪਹਿਲਾਂ ਵੀ ਇਦੋਂ ਵੀ ਮਾੜੀ ਹਾਲਤ ਸੀਗੀ। ਤਾਂ VC ਸਾਹਿਬ ਨੂੰ ਇਹ ਚਾਹੀਦਾ ਸੀਗਾ ਕਿ ਜਾਂ ਤਾਂ ਭਾਈ ਸਰਕਾਰ ਨੂੰ ਉਸ ਵੇਲੇ ਕਹਿੰਦੇ ਕਿ ਜਾਂ ਤਾਂ ਬਿਲਕੁਲ ਕਰਜ਼ਾ ਉਤਾਰੋ ਔਰ ਮੈਨੂੰ ਫੰਡ ਦਿਓ, ਫਿਰ ਮੈਂ ਜਿਹੜਾ ਹੈਗਾ VC ਲੱਗਾਂਗਾ। ਜੇ ਤੁਸੀਂ ਇਹ ਕਹਿੰਦੇ ਹੋ ਕਿ ਮੈਨੂੰ ਤੁਸੀਂ VC ਲਾ ਦਿਓ, ਮੈਂ ਆਪ ਹੀ ਅਰੇਂਜਮੈਂਟ ਕਰਾਂਗਾ ਜਾਂ ਮੈਂ ਆਪ ਹੀ ਦੇਖਾਂਗਾ ਬਾਅਦ ਦੇ ਵਿੱਚ, ਇਹਦੇ ਮਤਲਬ ਹੈ ਕਿ VC ਸਾਹਿਬ ਦੀ ਮਨਸ਼ਾ ਕੁਝ ਹੋਰ ਸੀਗੀ। ਸੋ ਇਸ ਕਰਕੇ VC ਸਾਹਿਬ ਨੂੰ ਅੱਜ ਵੀ ਇਹ ਚਾਹੀਦਾ। ਮੈਂ ਤਾਂ ਇਹ ਕਹਿਣਾ ਕਿ ਜੇ VC ਸਾਹਿਬ ਇਹ ਹਿੰਮਤ ਵਾਲੇ ਹੋਣ ਤਾਂ ਕਹਿਣ ਵੀ ਸਰਕਾਰ ਨੂੰ, ਜਿਵੇਂ ਘੁੰਮਣ ਸਾਹਿਬ ਛੱਡ ਕੇ ਗਏ ਪਿਛਲੇ ਦਿਨਾਂ ਦੇ ਵਿੱਚ, ਘੁੰਮਣ ਸਾਹਿਬ ਜਿਹੜੇ ਇਹਨਾਂ ਤੋਂ ਪਹਿਲੇ VC ਸੀਗੇ, ਉਹਨਾਂ ਨੇ ਕਿਹਾ ਕਿ ਜਾਂ ਤਾਂ ਮੈਨੂੰ ਤੁਸੀਂ ਪੈਸੇ ਦਿਓ ਜਾਂ ਫਿਰ ਮੈਂ ਅਸਤੀਫਾ ਦੇਵਾਂਗਾ, ਔਰ ਉਹਨਾਂ ਨੇ ਅਸਤੀਫਾ ਦਿੱਤਾ। ਸੋ VC ਸਾਹਿਬ ਨੂੰ ਇਹ ਚਾਹੀਦਾ, ਜਾਂ ਤਾਂ ਤੁਸੀਂ ਸਰਕਾਰ ਨਾਲ ਇਦਾਂ ਦਾ ਤਾਲਮੇਲ ਬਣਾ ਕੇ ਰੱਖੋ ਕਿ ਭਾਈ ਤੁਹਾਡੀ ਗੱਲ ਉੱਥੇ ਸੁਣੀ ਜਾਏ, ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣ ਰਹੀ ਤਾਂ ਤੁਹਾਨੂੰ ਛੱਡ ਦੇਣਾ ਚਾਹੀਦਾ। ਤੁਹਾਨੂੰ ਕਿਉਂ ਇੰਨਾ ਸ਼ੌਕ ਹੈ ਕਿ ਮੈਂ ਇੱਥੇ ਬਹਿ ਕੇ ਸਾਰਾ ਕੁਝ ਕਰਨਾ ਔਰ ਇਦਾਂ ਦੀਆਂ ਜਿਹੜੀਆਂ ਨੇ ਗੱਲਾਂ ਕਰਕੇ ਲੋਕਾਂ ਦੇ ਵਿੱਚ ਇੱਕ ਮਤਲਬ ਸਿੰਪਥੀ ਲੈਣ ਦੀ ਕੋਸ਼ਿਸ਼ ਕਰਨ, ਜਿਹੜੀ ਉਹਨਾਂ ਵੱਲੋਂ ਇਹ ਕੀਤੀ ਗਈ ਹੈ ਚਾਰਾਜੋਈ, ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਜਾਂ ਇੱਕ ਚੰਗੇ ਐਡਮਿਨਿਸਟ੍ਰੇਟਰ ਦੇ ਤੌਰ ਤੇ ਕੋਈ ਵਧੀਆ ਕਾਰਵਾਈ ਨਹੀਂ ਹੈਗੀ। ਇਹਨੂੰ ਆਪਾਂ ਇਹ ਮੰਨ ਸਕਦੇ ਹਾਂ ਕਿਉਂਕਿ ਤੁਸੀਂ ਆਪਣੀਆਂ ਨਾਕਾਮੀਆਂ ਜਿਹੜੀਆਂ ਨੇ ਉਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਡਾਕਟਰ ਸਾਹਿਬ ਇਹ ਵੀ ਹੈ ਨਾ ਕਿ ਯੂਨੀਵਰਸਿਟੀ ਦੇ ਸਿਰ ਤੇ ਜੇ ਕਰਜ਼ਾ ਭਾਵੇਂ ਪਿਛਲਾ ਚੜਿਆ ਭਾਵੇਂ ਹੁਣ ਚੜਦਾ ਜਾ ਰਿਹਾ, ਤਨਖਾਹਾਂ ਜਿਹੜੀਆਂ ਨੇ ਉਹ ਨਹੀਂ ਜਾ ਯਾਰ, ਤੁਹਾਨੂੰ ਵੀ ਨਹੀਂ ਮਿਲੀ, ਪੈਨਸ਼ਨਰ ਕਹਿੰਦੇ ਨੇ ਕਿ ਸਾਨੂੰ ਵੀ ਨਹੀਂ ਜਿਹੜੀ ਸਾਡੀ ਪੈਨਸ਼ਨ ਆ ਉਹ ਮਿਲੀ, ਉਹ ਸਾਰੇ ਇੱਕ ਮੋਰਚਾ ਬਣਾ ਕੇ ਆਪਣੇ ਵੱਲੋਂ ਪ੍ਰਦਰਸ਼ਨ ਕਰੀ ਬੈਠੇ ਨੇ। ਮੈਂ ਸੁਣ ਰਿਹਾ ਸੀ ਡਾਕਟਰ ਹਰਜਿੰਦਰ ਵਾਲੀਆ ਕਹਿ ਰਹੇ ਸੀ ਕਿ ਜਿਹੜੇ ਪਟਿਆਲਾ ਦੇ ਇੱਥੇ ਕੈਬਨਿਟ ਮੰਤਰੀ ਨੇ ਦਿਹਾਤੀ ਤੋਂ ਡਾਕਟਰ ਬਲਬੀਰ ਸਿੰਘ, ਉਹਨਾਂ ਨੇ ਭਰੋਸਾ ਦਵਾਇਆ, ਡਾਕਟਰ ਜਿਹੜੇ ਹਰਪਾਲ ਸਿੰਘ ਚੀਮਾ ਨੇ ਵਿੱਤ ਮੰਤਰੀ, ਉਹਨਾਂ ਨੇ ਵੀ ਭਰੋਸਾ ਦਵਾਇਆ ਕਿ ਅਸੀਂ ਯੂਨੀਵਰਸਿਟੀ ਨੂੰ ਪੈਰਾਸਿਲ ਕਰਾਂਗੇ। ਤੁਸੀਂ ਕਹਿ ਰਹੇ ਹੋ ਕਿ ਤਾਲਮੇਲ ਬਿਠਾਇਆ ਜਾਵੇ, ਤਾਲਮੇਲ ਦਾ ਮਤਲਬ ਕੀ? ਯੂਨੀਵਰਸਿਟੀ ਡੁੱਬੀ ਜਾਏ, VC ਸਾਹਿਬ ਚੁੱਪ ਕਰਕੇ ਬੈਠੇ ਰਹਿਣ, ਤਾਲਮੇਲ ਕਿਸ ਤਰੀਕੇ ਜਾਵੇ? ਇਹ ਕਿ ਕੋਈ ਤਾਂ ਆਵਾਜ਼ ਚੁੱਕੇਗਾ, ਜੇ ਅੱਜ VC ਸਾਹਿਬ ਨੇ ਚੁੱਕੀ ਆ ਤੇ ਸਾਰੀਆਂ ਧਿਰਾਂ ਉਹਨਾਂ ਦੇ ਨਾਲ ਨੇ, ਤੇ ਯੂਨੀਵਰਸਿਟੀ ਦੇ ਫਿਰ ਖਰਚਿਆਂ ਬਾਰੇ ਵੀ ਗੱਲਬਾਤ ਤੁਰ ਪੈਣੀ ਹੈ ਅੱਗੇ ਜਾ ਕੇ, ਕਿ ਉਹਦੀ ਵੀ ਪੁਣਛਾਣ ਹੋਵੇ ਕਿ ਕਿਹੜੇ ਜਾਇਜ਼ ਖਰਚੇ ਨੇ ਕਿਹੜੇ ਨਜਾਇਜ਼ ਖਰਚੇ ਨੇ। ਤਾਲਮੇਲ ਦੀ ਗੱਲ ਤੋਂ ਸ਼ੁਰੂ ਕਰਿਓ ਤੁਸੀਂ। ਬਿਲਕੁਲ, ਮੈਂ ਇਹ ਕਹਿਣਾ ਚਾਹੁੰਦਾ ਕਿ ਤਾਲਮੇਲ ਹੋਣਾ ਜ਼ਰੂਰੀ ਹੈ। ਤਾਲਮੇਲ ਦਾ ਕੀ ਮਤਲਬ ਹੈ? ਤਾਲਮੇਲ ਦਾ ਇਹ ਮਤਲਬ ਹੈ ਕਿ VC ਸਾਹਿਬ ਨੂੰ ਅਪਾਇੰਟਮੈਂਟ ਕੌਣ ਦਿੰਦਾ ਹੈ? ਸਰਕਾਰ ਦਿੰਦੀ ਹੈ, ਆਪਾਂ ਸਾਰੇ ਜਾਣਦੇ ਹਾਂ। ਤਾਂ ਸਰਕਾਰ ਦੇ ਨਾਲ ਸਿੱਧਾ ਰਾਬਤਾ ਜੇਕਰ VC ਸਾਹਿਬ ਕਰਨਗੇ, ਔਰ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਜੇਕਰ ਤੁਸੀਂ
ਵੀਡੀਓਜ਼ ਦੇ ਰਾਹੀਂ ਜਾਂ ਪਬਲਿਕ ਜਿਹੜਾ ਆ ਸਾਰੀਆਂ ਚੀਜ਼ਾਂ ਨੂੰ ਵਰਤ ਕੇ ਤੁਸੀਂ ਕਹੋਗੇ ਕਿ ਮੈਂ ਇੱਦਾਂ ਤਾਲਮੇਲ ਕਰਾਂਗਾ, ਇਹ ਚੀਜ਼ ਗਲਤ ਹੈ। ਜਦੋਂ ਤੁਸੀਂ ਤੁਹਾਨੂੰ ਅਧਿਕਾਰ ਮਿਲਿਆ ਹੋਇਆ ਔਰ ਚੀਮਾ ਸਾਹਿਬ ਵੀ ਔਰ ਭਗਵੰਤ ਮਾਨ ਸਾਹਿਬ ਵੀ ਵੀਸੀ ਸਾਹਿਬ ਦੀ ਬਹੁਤ ਰਿਸਪੈਕਟ ਕਰਦੇ ਆ, ਔਰ ਉਸੇ ਦਿਨ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ, ਮੈਂ ਨਿੱਜੀ ਤੌਰ ਤੇ ਵੀ ਦੱਸਣਾ ਚਾਹੁੰਦਾ ਕਿ ਜਿੱਦਣ ਬਜਟ ਆਇਆ ਸੀਗਾ ਉਸ ਦਿਨ ਮੈਂ ਚੀਮਾ ਸਾਹਿਬ ਨਾਲ ਜਿਹੜੀ ਹੈਗੀ ਹੈ ਬੇਨਤੀ ਉਹਨਾਂ ਨਾਲ ਕੀਤੀ ਸੀ, ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਨੂੰ ਇਸ ਵੱਡੇ ਜਿਹੜੇ ਭੰਵਰ ਚੋਂ ਕੱਢਣਾ ਚਾਹੁੰਦੇ ਹਾਂ ਔਰ ਸੰਕਟ ਚੋਂ ਕੱਢਣਾ ਚਾਹੁੰਦੇ ਹਾਂ। ਇਹ ਬਕਾਇਦਾ ਤੌਰ ਤੇ ਚੀਮਾ ਸਾਹਿਬ ਨੇ ਬਿਆਨ ਵੀ ਦਿੱਤੇ ਨੇ ਔਰ ਮਾਨ ਸਾਹਿਬ ਨੇ ਵੀ ਬਿਆਨ ਦਿੱਤੇ ਨੇ। ਇਹਦਾ ਮਤਲਬ ਕੀ ਹੈ ਕਿ ਸਰਕਾਰ ਸੀਰੀਅਸਲੀ ਯੂਨੀਵਰਸਿਟੀ ਨੂੰ ਕੁਝ ਦੇਣਾ ਚਾਹੁੰਦੀ ਹੈ। ਪਰ ਸਵਾਲ ਇਹ ਹੈ ਕਿ ਮੰਨ ਲਓ ਦੇ ਜਾਂਦੀ ਹੈ, ਤੁਸੀਂ ਤੁਹਾਡੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਪਕੜਨੀ ਹੈ, ਤੁਸੀਂ ਉਸਨੂੰ ਸਹੀ ਤਰੀਕੇ ਨਾਲ ਪੈਸਾ ਕਿਵੇਂ ਵਰਤਿਆ ਜਾਏਗਾ ਉਹਦੇ ਉੱਤੇ ਤੁਹਾਡੇ ਕੋਲੇ ਕੋਈ ਕਲਾਕਾਰੀ ਨਹੀਂ ਹੈਗੀ, ਤਾਂ ਲਾਜ਼ਮੀ ਤੌਰ ਤੇ ਉਹ ਪੈਸਾ ਜਿਹੜਾ ਹੈਗਾ ਉਹ ਇੱਦਾਂ ਹੀ ਹੋ ਜਾਏਗਾ ਜਿਵੇਂ ਪਹਿਲਾਂ ਹੁੰਦਾ ਰਿਹਾ, ਉਵੇਂ ਇਹਦੀ ਵਰਤੋਂ ਹੋਏਗੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪੈਸਾ ਜਿਹੜਾ ਦਿੱਤਾ ਜਾਂਦਾ ਸਰਕਾਰ ਦੇਏਗੀ ਵੀ ਉਹਨੂੰ ਕਿਵੇਂ ਵਰਤਣਾ ਹੈ, ਕਿੱਥੇ ਵਰਤਿਆ ਜਾਏਗਾ, ਔਰ ਕਿਉਂਕਿ ਯੂਨੀਵਰਸਿਟੀ ਦੇ ਲਈ ਬੇਸਿਕ ਤੌਰ ਤੇ ਕੀ ਹੁੰਦਾ ਕਿ ਯੂਨੀਵਰਸ ਇੱਕ ਯੂਨੀਵਰਸ ਤੋਂ ਬਣਿਆ ਹੋਇਆ, ਯੂਨੀਵਰਸਿਟੀ ਦਾ ਨਾਮ ਜਿਹੜਾ ਹੈਗਾ ਕਿ ਤੁਹਾਡੀ ਜਿਹੜੀ ਸੋਚ ਹੈ, ਤੁਹਾਡੀ ਚੇਤਨਾ ਹੈ, ਚੇਤਨਾ ਦਾ ਪੱਧਰ ਯੂਨੀਵਰਸ ਲੈਵਲ ਦਾ ਹੋਣਾ ਚਾਹੀਦਾ, ਤਾਂ ਤੁਸੀਂ ਯੂਨੀਵਰਸਿਟੀ ਦੇ ਇੱਕ ਵਾਈਸ ਚਾਂਸਲਰ ਕਹਾਉਣ ਦੇ ਯੋਗ ਹੁੰਦੇ ਹੋ। ਸੋ ਮੈਂ ਕਹਿਣਾ ਚਾਹੁੰਦਾ, ਹਾਂ ਥੋੜਾ ਜਿਹਾ ਯੂਨੀਵਰਸਿਟੀ ਦੇ ਸਿਰ ਤੇ ਇਹ ਕਰਜ਼ਾ ਕਿਉਂ ਚੜਿਆ, ਯੂਨੀਵਰਸਿਟੀ ਦੇ ਜਿਵੇਂ ਜਾਇਜ਼ ਤੇ ਨਾਜਾਇਜ਼ ਖਰਚਿਆਂ ਦੀ ਗੱਲ ਕਰਦਾ, ਉਹ ਵੀ ਥੋੜਾ ਖੋਲ ਕੇ ਦੱਸਿਓ, ਕਿਉਂਕਿ ਤੁਸੀਂ ਵਿੱਚ ਰਹਿੰਦੇ ਹੋ ਇਸ ਕਰਕੇ ਦਰਸ਼ਕ ਵੀ ਜਾਣਨਾ ਚਾਹੁੰਗੇ ਕਿ ਇੰਨਾ ਕਰਜ਼ਾ 150 ਕਰੋੜ ਦਾ, ਜਾਂ ਫਿਰ ਜਿਸ ਤਰੀਕੇ ਨਾਲ ਵੀਸੀ ਸਾਹਿਬ ਕਹਿੰਦੇ ਨੇ ਕਿ ਇੰਨੇ ਕੁ ਨਾਲ ਸਾਡਾ ਨਹੀਂ ਸਰਦਾ, ਤੁਸੀਂ ਕੀ ਮੰਨਦੇ ਹੋ ਕਿ ਯੂਨੀਵਰਸਿਟੀ ਨੂੰ ਸਰਕਾਰ ਨੂੰ ਕਿੰਨੀ ਕੁ ਗ੍ਰਾਂਟ ਜਿਹੜੀ ਆ ਉਹ ਦੇਣੀ ਚਾਹੀਦੀ ਹੈ, ਜਿਹਦੇ ਨਾਲ ਇਹਨਾਂ ਦੇ ਖਰਚੇ ਵੀ ਪੂਰੇ ਹੋਣ, ਤਨਖਾਹਾਂ ਵੀ ਪੂਰੀਆਂ ਹੋਣ, ਜਾਇਜ਼ ਨਜਾਇਜ਼ ਖਰਚਿਆਂ ਤੋਂ ਗੱਲ ਸ਼ੁਰੂ ਕਰਿਓ। ਬਿਲਕੁਲ, ਮੈਂ ਇਹ ਕਹਿਣਾ ਚਾਹੁੰਦਾ ਕਿ ਯੂਨੀਵਰਸਿਟੀ 1962 ਦੇ ਵਿੱਚ ਬਣਦੀ ਹੈ ਔਰ ਲਗਭਗ ਤੁਸੀਂ ਦੇਖੋਗੇ ਕਿ 23 ਸਾਲ ਇਹ ਤੇ 40 ਸਾਲ ਉਹ ਲਾ ਲਓ ਤੁਸੀਂ, ਯਾਨੀ ਕਿ 60 ਸਾਲ ਦੇ ਕਰੀਬ ਯੂਨੀਵਰਸਿਟੀ ਬਣੀ ਨੂੰ ਹੋ ਗਏ। ਹੁਣ 60 ਸਾਲਾਂ ਦੇ ਵਿੱਚ 150 ਕਰੋੜ ਰੁਪਈਆ ਜਿਹੜਾ ਹੈਗਾ ਕਰਜ਼ਾ ਚੜ੍ਹ ਗਿਆ, ਔਰ ਕਰਜ਼ਾ ਜਿਵੇਂ ਤੁਸੀਂ ਪੁੱਛ ਰਹੇ ਹੋ ਕਿ ਇਹਦੇ ਕਈ ਕਾਰਨ ਨੇ। ਇੱਕ ਕਾਰਨ ਹੈ ਕਿ ਜਦੋਂ ਭਰਤੀਆਂ ਹੋਈਆਂ ਖਾਸ ਤੌਰ ਤੇ ਨੌਨ ਟੀਚਿੰਗ ਦੀਆਂ, ਤਾਂ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਗਰਗ ਸਾਹਿਬ ਨੇ ਵੀ ਇਹ ਗੱਲ ਇਹ ਖੁਲਾਸੇ ਕੀਤੇ ਸੀਗੇ ਕਿ ਜਦੋਂ ਤੁਸੀਂ ਲੋੜ ਤੋਂ ਵੱਧ ਜਿਹੜੀ ਭਰਤੀ ਹੋ ਜਾਏਗੀ ਤਾਂ, ਜਾਂ ਮੈਰਿਟ ਦੇ ਅਨੁਸਾਰ ਭਰਤੀ ਨਹੀਂ ਹੋਏਗੀ ਤਾਂ ਉਹ ਸੰਸਥਾ ਨੇ ਡੁੱਬਣਾ ਹੀ ਡੁੱਬਣਾ ਹੁੰਦਾ। ਜਦੋਂ ਤੁਸੀਂ ਮੈਰਿਟ ਨੂੰ ਇਗਨੋਰ ਕਰੋਗੇ, ਔਰ ਪਿਛਲੇ ਦਿਨਾਂ ਦੇ ਵਿੱਚ ਇਹ ਹੋਈਆਂ ਨੇ, ਇਹ ਅਨਫਾਰਚੂਨੇਟ ਜਿਹੜਾ ਹੈਗਾ ਇਸ ਯੂਨੀਵਰਸਿਟੀ ਦਾ ਇੱਕ ਦੌਰ ਰਿਹਾ ਕਿ ਇਹਦੇ ਵਿੱਚ ਕੀ ਹੁੰਦਾ ਰਿਹਾ ਕਿ ਲੋੜ ਨਾਲੋਂ ਵੱਧ ਜਿੱਥੇ ਇੱਕ ਪੋਸਟ ਦੀ ਲੋੜ ਹੈ ਉੱਥੇ 3-3, 4-4 ਪੋਸਟਾਂ ਵੀ ਭਰੀਆਂ ਗਈਆਂ ਨੌਨ ਟੀਚਿੰਗ ਦੀਆਂ ਵਿਸ਼ੇਸ਼ ਤੌਰ ਤੇ। ਸੋ ਜਦੋਂ ਇਹ ਜਦੋਂ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਏਗਾ ਕਿਸੇ ਵੀ ਇੰਸਟੀਟਿਊਸ਼ਨ ਨੂੰ, ਇਕੱਲੀ ਯੂਨੀਵਰਸਿਟੀ ਨੂੰ ਨਹੀਂ, ਹੋਰ ਵੀ ਆਪਾਂ ਜਿਵੇਂ ਹੁਣ ਤੁਹਾਡਾ ਵੀ ਕੋਈ ਅਦਾਰਾ ਹੈ, ਜਦੋਂ ਅਸੀਂ ਲੋੜ ਨਾਲੋਂ ਵੱਧ ਭਰਤੀ ਕਰਾਂਗੇ ਤਾਂ ਲਾਜ਼ਮੀ ਤੌਰ ਤੇ ਉਹ ਸੰਸਥਾ ਡੁੱਬਣੀ ਡੁੱਬਣੀ ਹੈ। ਸੋ ਇੱਕ ਤਾਂ ਕਾਰਨ ਇਹ ਰਿਹਾ, ਦੂਜਾ ਕਾਰਨ ਜਿਹੜੀ ਭਰਤੀ ਹੋਈ ਹੋਈ ਸੀਗੀ ਉਹਨਾਂ ਤੋਂ ਕਿਵੇਂ ਸਹੀ ਕੰਮ ਲਿਆ ਜਾਵੇ। ਹੁਣ ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕਹੀ ਸੀ ਕਿ ਐਡਮਿਨਿਸਟ੍ਰੇਸ਼ਨ ਦਾ ਤਾਂ ਬੁਰਾ ਹਾਲ ਹੈ, ਪਰ ਭਰਤੀਆਂ ਉੱਥੇ ਬਹੁਤ ਜ਼ਿਆਦਾ ਹੋਈਆਂ ਹੋਈਆਂ ਨੇ, ਇਹਦਾ ਮਤਲਬ ਕੰਮ ਤਾਂ ਤੁਹਾਡਾ, ਜੇਕਰ ਭਰਤੀਆਂ ਹੋਈਆਂ ਨੇ ਤਾਂ ਕੰਮ ਵਧੀਆ ਹੋਣੇ ਚਾਹੀਦੇ ਸੀਗੇ, ਤਾਂ ਹਰ ਬੰਦੇ ਦਾ ਉੱਥੇ ਕੰਮ ਜਿਹੜਾ ਹੈਗਾ ਜੈਨੂਨ ਕੰਮ ਹੈ ਉਹ ਹੋਣਾ ਚਾਹੀਦਾ ਸੀਗਾ, ਪਰ ਉਹ ਵੀ ਨਹੀਂ ਹੋ ਰਿਹਾ ਔਰ ਬਾਕੀ ਸਾਰੀਆਂ ਚੀਜ਼ਾਂ ਨਹੀਂ ਵੀ ਨਹੀਂ ਹੋ ਰਹੀਆਂ। ਕਿਉਂ? ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਉੱਤੇ ਕੰਟਰੋਲ ਕੋਈ ਨਹੀਂ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਇਹ ਸਾਰੀਆਂ ਚੀਜ਼ਾਂ ਰਲ ਕੇ ਜਿਹੜੀਆਂ ਨੇ ਇਹਦੇ ਨਾਲ ਹੌਲੀ 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 ਚੀਜ਼ਾਂ ਵਿਗੜਦੀਆਂ ਗਈਆਂ ਔਰ ਅੱਜ ਇੱਥੇ ਜਿਹੜੀ ਪੋਜੀਸ਼ਨ ਪਹੁੰਚ ਗਈ। ਹੁਣ ਇਹ ਵੀ ਸਰਕਾਰ ਜਿਹੜੀ ਹੈਗੀ ਹੈ, ਸਰਕਾਰ ਲਾਜ਼ਮੀ ਤੌਰ ਤੇ ਜੋ ਮੈਨੂੰ ਲੱਗ ਰਿਹਾ, ਜਿੰਨੇ ਮੰਤਰੀਆਂ ਦੇ ਨਾਲ ਮੇਰੀ ਗੱਲ ਹੋਈ ਹੈ, ਜਿੰਨੇ ਖਾਸ ਤੌਰ ਤੇ ਫਾਈਨਾਂਸ ਮੰਤਰੀ ਸਾਹਿਬ ਜਿਹੜੇ ਨੇ ਚੀਮਾ ਸਾਹਿਬ ਨਾਲ ਗੱਲ ਹੋਈ ਹੈ, ਉਹਨਾਂ ਨੇ ਬਾਰ ਬਾਰ ਇਹੀ ਕਿਹਾ ਕਿ ਅਸੀਂ ਇਸ ਯੂਨੀਵਰਸਿਟੀ ਨੂੰ ਕੱਢਣਾ ਚਾਹੁੰਦੇ ਹਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਗੇ ਵੀ ਉਹ। ਐਸੀ ਕੋਈ ਗੱਲ ਨਹੀਂ ਹੈ ਕਿ ਸਰਕਾਰ ਜਿਹੜੀ ਇਸ ਗੱਲ ਵੱਲ ਧਿਆਨ ਨਹੀਂ ਦੇਵੇਗੀ, ਸਰਕਾਰ ਇਸ ਮਸਲੇ ਦਾ ਹੱਲ ਜ਼ਰੂਰ ਕਰੇਗੀ। ਡਾਕਟਰ ਸਾਹਿਬ, ਮੈਂ ਜਿਵੇਂ ਪੁੱਛ ਰਿਹਾ ਸੀਗਾ ਕਿ ਕਿੰਨਾ ਕੁ ਜਿਹੜਾ ਬਜਟ ਯੂਨੀਵਰਸਿਟੀ ਨੂੰ ਚਾਹੀਦਾ ਹੁੰਦਾ, ਜਿਹੜਾ ਜਾਇਜ਼ ਹੈ, ਜਿਹੜਾ ਮਤਲਬ ਯੂਨੀਵਰਸਿਟੀ ਦੇ ਖਰਚੇ ਨੇ। ਦੇਖੋ, ਖਰਚੇ ਪਹਿਲੀ ਗੱਲ ਤਾਂ ਹੁੰਦਾ ਤਨਖਾਹਾਂ ਦਾ,
कि सारे जिन्ने भी कर्मचारी ने चाहे नॉन टीचिंग दे ने चाहे टीचर साहबान ने उन्हां दीआं तनखाहां पूरियां होण। नंबर एक। नंबर दो, जिहड़ा रिसर्च दा काम है या टीचिंग दा काम है उहदे लई भी खर्चे चाहीदे हुंदे ने। जे तुसीं रिसर्च चंगी रिसर्च करवाउणी हुण वीसी साहब पंजाबी दे नां दे उत्ते तां बहुत जिहड़े ने वीडियो पा रहे ने, पर पंजाबी नूं लै के पंजाबी भाषा नूं लै के पंजाबी सभ्याचार नूं लै के उन्हां दा की विजन है और उन्होंने दो साल की काम किए ने। तुसीं इह देखो कि पंजाबी यूनिवर्सिटी पटियाला दा नाम किहदे करके सीगा, पंजाबी भाषा नाल संबंधित किताबां दे नां दे उत्ते, पंजाबी साहित नाल संबंधित किताबां छपदियां सीगियां, रिसर्च जिहड़े ने मैगजीन छपदे सी, खोज पत्रिका साडा विभाग छापदा सीगा। पिछले 6-7 सालां तों बिल्कुल बंद पिया है। तुसीं देखोगे कि होर जिन्ने भी साढ़े खोज नाल संबंधित किताबां या मैगजीन छपदे सीगे, कोई वीसी साहब ने उन्हां च इंटरस्ट दिखाउण दी भी जिहड़ी हैगी है कोशिश नहीं कीती। सो मेरा कहण दा मतलब है कि सिर्फ रौला पाउणा पंजाबी दे नां दे उत्ते, मैनूं यही वीसी साहब नूं मैं यही पुछना चाहुंदा कि वह घट्टो घट इह दा दस्सण कि मैं 2 सालां दे विच पंजाबी यूनिवर्सिटी दे विच पंजाबी नूं लै के पंजाबी रिसर्च नूं लै के की कीता। एक भी कोई काम मैनूं दस दन कि मैं रिसर्च नूं पहला इत्थे रिसर्च खड़ी सीगी हुण मैं इस रिसर्च नूं इत्थों तक ले आया इन्ना क वधाता, वह कोई उहदा पैमाना की होएगा या उन्होंने की किया उस ओनू वधाउण दे लई। सगों सुखिंदर जी होया उहदे उल्टा, उहदा इह कारण होया कि हिस्टरी नाल संबंधित साडे बहुत सोहणे मैगजीन छपदे सीगे और पंजाब हिस्टोरीकल स्टडीज पूरे हिंदुस्तान दीआं यूनिवर्सिटीज दे विच बहुत एक इंपॉर्टेंट डिपार्टमेंट सीगा, वह अज मर्ज हो चुकिया है। और इस तों इलावा पंजाबी भाषा नाल संबंधित पंजाबी साहित नाल संबंधित बहुत सारिया किताबां मैगजीन छपदे सीगे अज ठप पए ने। क्यों? क्योंकि वीसी साहब ने कोई इंट्रस्ट जिहड़ा हैगा इन्हां नूं छपाउण दे विच इन्हां नूं अगे लैके जाण दे विच कदे नहीं दिखाया। मैं उन्हां नूं बहुत सारिया मीटिंगां दे विच इह सवाल भी पुछदा रहा और उन्हां नूं बहुत सारे सुझाव भी दिंदा रहा, पर कोई कदे इहदे उत्ते काम नहीं होया। सो मेरा कहण दा मतलब है कि यूनिवर्सिटियां तां जाणियां जाणगियां जेकर इहदी रिसर्च डिवैलप करेगी, जेकर इहदी टीचिंग डिवैलप करेगी। हुण की है कि वह कहिंदे ने कि मैं प्लस टू तो बाद नवे कोर्स शुरू करते, भाई इत्थे तां पहले ही तुसीं देखिया होएगा कि जिहड़े साडे हायर एजुकेशन नाल संबंधित MSc BSc या होर जिहड़ियां क्लासिज ने उहनां नूं पढ़ाउण लई इंफ्रास्ट्रक्चर नहीं है, कमरे नहीं हैगे और उन्होंने जिहड़ियां क्लासां दी दिक्कत आ रही है और उन्होंने टीचिंग किने करवानी है, टीचर साहबान नहीं है। सो मेरा कहने का मतलब है कि सिर्फ यह कह देना कि मैं तो जी नवे कोर्स शुरू कर रहे हैं प्लस टू तो बाद, वह भी क्योंकि यूनिवर्सिटी का काम जिहड़ा हैगा प्लस टू तो बाद इत्थे जिहड़ी हैगी है उदां दी टीचिंग वाला मसला नहीं है, रिसर्च नूं जिहड़ा हैगा बेस बनाउणा चाहीदा सीगा और वह उहदे तों खुंझे ने वीसी साहब। और इहदा नतीजा की निकलिया कि अज जिहड़ा हैगा ना तो इत्थे प्रॉपर जिहड़े ने टीचर साहबान ने, क्योंकि बहुत सारे टीचर साढ़े रिटायर हो चुके ने पिछले दिनों दे विच, सो इस तरह ना कमरे ने उन्हां नूं बिठाउण दे लई उन्हां नूं कित्थे बिठाया जाएगा। सो कल्ला दाखलियां दी समस्या नहीं है, होर बहुत सारिया जिहड़ियां ने समस्यावां ने उन्हां नूं भी हल करना चाहिए। तुसीं होस्टलां दा हाल देख लो, मैं दसना चाहुंदा इत्थे अपने दर्शकां नूं कि अज यूनिवर्सिटी दे विच होस्टलां दा जो हाल है, चाहे कुड़ियां दा होस्टल देख लो चाहे मुंडियां दा होस्टल देख लो, कोई उन्होंने उत्ते जिहड़ा हैगा पैसा नहीं खर्चा जा रहा, कोई उन्होंने देखभाल नहीं है। इत्थों तक कि जिहड़े रेजीडेंट्स ने इत्थों दे अंदर रहिंदे ने कैंपस दे विच उन्होंने घरां दा हाल तुसीं देख लो, वह बहुत तुसीं मैनूं लगता है कि छत्तां चोरियां ने हर चीज़ जिहड़ी हैगी है उत्थे जाके तुहानूं ज़्यादा पता, कदे तुसीं कैमरा लैके जायो अपना, कदे उहदी वीडियो तुसीं बनायो। वारस भवन आपां कहिंदे आ कि अज वीसी साहब कहिंदे ने कि असीं वारस दा 300 साल जन्मदिन मनाया, हुण वारस भवन उन्हां दे नां दे उत्ते बनिया होया है वारस शाह दे नां दे उत्ते, उहदी कदे हालत देख लिओ कदे भी गिर सकदा है, उह खंडर बन चुके है। सो करना तां काम उदां दे सीगे जिहड़े बेसिक काम करना वाले सीगे, उधर कोई ध्यान नहीं एडमिनिस्ट्रेशन दा। पर दूजे पासे की है कि इह लोकां नूं मतलब इह कह के देखो जी सरकार जिहड़ी हैगी है कुछ नहीं कर रही, इस करके तुसीं सरकार दे खिलाफ जिहड़े इन्हां दे दफ्तरां अगे धरने लगदे सीगे उन्हां नूं कहदा कि हुण दफ्तरां दे
ਦੇ ਅੱਗੇ ਧਰਨੇ ਨਾ ਲਾਓ, ਹੁਣ ਤੁਸੀਂ ਸਰਕਾਰ ਦੇ ਖਿਲਾਫ ਲਾਓ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਦਾਂ ਦੇ ਆ, ਇੱਕ ਚੰਗਾ ਐਡਮਿਨਿਸਟ੍ਰੇਟਰ ਜਿਹੜਾ ਹੁੰਦਾ ਹੈ ਉਹਨੂੰ ਇੱਦਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਡਾਕਟਰ ਸਾਹਿਬ ਤੁਸੀਂ ਗਿਣਵਾਇਆ ਕਿ ਕਿੱਥੇ ਕਿੱਥੇ ਨਹੀਂ ਕਿ ਪੰਜਾਬੀ ਦੇ ਵਿਕਾਸ, ਭਾਸ਼ਾ ਦੇ ਵਿਕਾਸ ਨੂੰ ਲੈ ਕੇ ਜਾਂ ਸਾਹਿਤ ਨੂੰ ਲੈ ਕੇ ਉਹਨੇ ਹੀ ਕੰਮ ਕੀਤੇ। ਉਹ ਤਾਂ ਸਰਕਾਰ ਤੇ ਵੀ ਉਂਗਲਾਂ ਉੱਠਦੀਆਂ ਕਿ ਇਹਨਾਂ ਨੇ ਆਪਣੇ ਬਜਟ ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਨੂੰ ਲੈ ਕੇ ਜਾਂ ਭਾਸ਼ਾ ਨੂੰ ਪ੍ਰਫੁੱਲਤ ਕਰਨ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਲਈ ਉਹਦੇ ਵਿੱਚ ਉਹ ਪੈਸਾ ਨਹੀਂ ਰੱਖਿਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਚਿੱਠੀ ਲਿਖੀ ਹੈ ਮੁੱਖ ਮੰਤਰੀ ਸਾਹਿਬ ਨੂੰ, ਇਹਦੇ ਬਾਰੇ ਤੁਸੀਂ ਬਾਖੂਬੀ ਜਾਣਦੇ ਹੋਵੋਗੇ। ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਗੱਲ ਤਾਂ ਉੱਥੇ ਹੀ ਆ ਕੇ ਮੁੱਕਦੀ ਹੈ ਨਾ ਕਿ ਬੀਸੀ ਸਾਹਿਬ ਪੱਲਿਓ ਕਰਨ, ਜਾਂ ਫਿਰ ਜੇ ਪੈਸਾ ਹੀ ਨਹੀਂ ਪੱਲੇ ਕਰਦੀ ਮੇਲਾ ਮੇਲਾ, ਜੇ ਪੈਸੇ ਹੀ ਨਹੀਂ ਤੇ ਫਿਰ ਕਿਵੇਂ ਕਰਨਗੇ। ਦੇਖੋ ਜੇ ਜੇਬ ਚ ਪੈਸਾ ਹੋਏਗਾ, ਜਿਵੇਂ ਆਪਣੇ ਘਰ ਦਾ ਵੀ ਢਾਂਚਾ ਵਿਗੜ ਜਾਂਦਾ, ਘਰ ਦਾ ਉਹ ਸਾਰਾ ਕੁਝ ਹਾਲਾਤ ਉਹੋ ਜਿਹੇ ਹੋ ਜਾਂਦੇ ਨੇ ਜੇ ਜੇਬ ਚ ਪੈਸਾ ਨਾ ਹੋਵੇ। ਪੈਸਾ ਹੋਏਗਾ ਤੇ ਉਹ ਖਰਚ ਵੀ ਹੋਏਗਾ ਤੇ ਉਹ ਲੱਗਦਾ ਵੀ ਨਜ਼ਰ ਆਏਗਾ। ਇਹਦੇ ਬਾਰੇ ਤੁਹਾਡਾ ਕੀ ਮੰਨਣਾ? ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਪੈਸਾ ਆਵੇ, ਪੈਸਾ ਤਾਂ ਆਵੇ, ਬਟ ਜਿੰਨਾ ਪੈਸਾ ਆ ਰਿਹਾ, ਜਿੰਨਾ ਪਿਛਲੇ ਦਿਨਾਂ ਦੇ ਵਿੱਚ ਆਇਆ, ਕੀ ਉਸ ਪੈਸੇ ਨੂੰ ਸਹੀ ਵਰਤਿਆ ਗਿਆ? ਮੇਰਾ ਸਵਾਲ ਇਹ ਹੈ ਕਿ ਜਿੰਨਾ ਵੀ ਆਇਆ, ਚਾਹੇ ਥੋੜਾ ਆਇਆ ਚਾਹੇ ਘੱਟ ਆਇਆ, ਜਿੰਨਾ ਆਇਆ ਕੀ ਉਸ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਕਿ ਨਹੀਂ ਜਾਣਾ? ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਿੰਨਾ ਆਇਆ, ਜਾਂ ਤਾਂ ਹੋਵੇ ਜ਼ੀਰੋ ਆਇਆ, ਫਿਰ ਤਾਂ ਆਪਾਂ ਕਹੀਏ ਕਿ ਕੁਛ ਨਹੀਂ ਆਇਆ ਔਰ ਬੀਸੀ ਸਾਹਿਬ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਮੈਂ ਕਹਿਣਾ ਕਿ ਪਿਛਲੇ ਵਾਰੀ 200 ਕਰੋੜ ਰੁਪਇਆ ਆਇਆ ਸੀਗਾ। ਇਹੀ ਸਵਾਲ ਹੈ ਨਾ ਕਿ ਤੁਸੀਂ ਕਹਿ ਰਹੇ ਹੋ ਕਿ ਪੈਸਾ ਆਇਆ, ਪਰ ਉਹ ਕਿੱਥੇ ਵਰਤਿਆ ਗਿਆ ਜਾਂ ਕਿਵੇਂ ਵਰਤਿਆ ਗਿਆ? ਤੁਹਾਨੂੰ ਲੱਗਦਾ ਕਿ ਗਲਤ ਵਰਤਿਆ ਗਿਆ? ਜੇ ਗਲਤ ਵਰਤਿਆ ਗਿਆ ਤੇ ਕਿੱਥੇ ਵਰਤਿਆ ਗਿਆ, ਉਹਦੇ ਬਾਰੇ ਗੱਲ ਕਿਉਂ ਨਹੀਂ ਆਉਂਦੀ ਸਾਹਮਣੇ? ਮੈਂ ਇਹ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਫਰੌਡ ਹੋਏ ਯੂਨੀਵਰਸਿਟੀ ਦੇ ਵਿੱਚ, ਔਰ ਵੀਸੀ ਸਾਹਿਬ ਨੇ ਕੋਸ਼ਿਸ਼ ਕਰਕੇ ਉਹ ਫਰੌਡ ਫੜੇ ਵੀ, ਪਰ ਉਹ ਜਿਹੜੇ ਪੈਸਾ ਕਿੱਧਰ ਗਿਆ ਕਿੱਧਰ ਨਹੀਂ ਗਿਆ ਹਜੇ ਤੱਕ ਕਿਸੇ ਨੂੰ ਨਹੀਂ ਪਤਾ। ਤੁਸੀਂ ਜੇਕਰ ਆਪਾਂ ਇੱਦਾਂ ਦਾ ਕੰਮ ਚੱਲੇਗਾ ਤਾਂ ਲਾਜ਼ਮੀ ਤੌਰ ਤੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਤਾਂ ਚੁੱਕਣੇ ਬਣਦੇ ਹੀ ਬਣਦੇ ਨੇ। ਔਰ ਬਹੁਤ ਸਾਰੇ ਜਿਹੜੇ ਨੇ ਇੱਥੇ ਪੇਪਰ ਵੀ ਹੋਏ ਔਰ ਲੀਕੇਜ ਵੀ ਹੋਏ, ਜਿਵੇਂ ਗਰਗ ਸਾਹਿਬ ਨੇ ਕਿਹਾ ਸੀਗਾ, ਹਨਾ, ਗਰਗ ਸਾਹਿਬ ਨੇ ਦੱਸਿਆ ਹੈ ਬਕਾਇਦਾ ਤੌਰ ਤੇ ਕਿ ਇੱਥੇ 1158 ਜਿਹੜੀਆਂ ਟੀਚਰ ਸਾਹਿਬਾਨ ਰੱਖੇ ਜਾਣੇ ਸੀਗੇ, ਉਹਦੇ ਕਰਕੇ ਅੱਜ ਉਹ ਸਾਰਾ ਮਸਲਾ ਜਿਹੜਾ ਹੈਗਾ ਅਦਾਲਤ ਦੇ ਵਿੱਚ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦੀ ਜ਼ਿੰਮੇਵਾਰੀ ਕੌਣ ਕਿਹਦੀ ਹੈ? ਇਹਦੇ ਸਿੱਧੇ ਇਹਦੇ ਪੈਸੇ ਨਾਲ ਸੰਬੰਧਿਤ ਨਹੀਂ ਹੈ। ਹੁਣ ਪਿਛਲੇ ਦਿਨਾਂ ਦੇ ਵਿੱਚ GNDU ਦੇ ਵਿੱਚ ਉਹ ਪੇਪਰ ਜਿਹੜਾ ਹੈਗਾ ਉਹ ਲੀਕ ਹੋਇਆ ਕਿਸਮ ਦਾ, ਠੀਕ ਹੈ ਨਾ, ਉਹ ਸਾਰਾ ਕੁਛ ਗੜਬੜਾ ਹੋਈਆਂ ਨੇ, ਤਾਂ ਇਹਦੇ ਵਿੱਚ ਪੈਸੇ ਦਾ ਸਰਕਾਰ ਦਾ ਤਾਂ ਕੋਈ ਜ਼ਿੰਮੇਵਾਰੀ ਨਹੀਂ। ਸਰਕਾਰ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਭਾਈ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਔਰ ਉਹਨਾਂ ਨੂੰ ਉਹਦੇ ਮੁਤਾਬਕ ਜੋ ਵੀ ਉਹਨਾਂ ਨੇ ਕੀਤਾ ਹੈ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਰਕਾਰ ਦਾ ਕੰਮ ਇਹ ਹੈ। ਇਹ ਵੀ ਬੜਾ ਅਹਿਮ ਟੋਪਿਕ ਹੈ ਕਿਉਂਕਿ ਇਹਦੇ ਨਾਲ ਬੱਚਿਆਂ ਦੇ ਭਵਿੱਖ ਦੀ ਗੱਲ ਹੈ। ਜੇ ਪੰਜਾਬੀ ਯੂਨੀਵਰਸਿਟੀ ਡੁੱਬਦੀ, ਪੰਜਾਬ ਦਾ ਵਿਦਿਆਰਥੀ ਡੁੱਬਦਾ, ਜੇ GNDU ਯੂਨੀਵਰਸਿਟੀ ਪੇਪਰ ਲੀਕ ਹੁੰਦਾ ਹੈ ਤਾਂ ਉਹਦੇ ਬੱਚਿਆਂ ਦੀ ਉਮੀਦਾਂ ਤੇ, ਭਾਵੇਂ ਸਰਕਾਰ ਨੇ ਕਿਹਾ ਕਿ ਅਸੀਂ ਫਿਰ ਪੇਪਰ ਲਵਾਂਗੇ ਕੋਈ ਚਾਰਜਿਸ ਨਹੀਂ ਹੋਣਗੇ, ਪਰ ਖਰਚਾ ਤਾਂ ਹੋਇਆ ਨਾ ਇੱਕ ਵਾਰ, ਤਾਂ ਬੱਚਿਆਂ ਨੇ ਆਪਣਾ ਆਉਣ ਜਾਣ ਦਾ, ਉਹਨਾਂ ਨੂੰ ਜਿਹੜਾ ਮੈਂਟਲੀ ਤੌਰ ਦੇ ਉੱਤੇ ਹਰਾਸਮੈਂਟ ਵੀ ਝੱਲਣੀ ਪਈ, ਉਹਦਾ ਜਵਾਬ ਹਾਲਤ ਦੇ ਵਿੱਚ ਕੀ ਪੇਪਰ ਦੇ ਸਕਣਗੇ? ਜਿਸ ਤਰੀਕੇ ਨਾਲ ਪਹਿਲਾਂ ਉਤਸ਼ਾਹ ਨਾਲ ਪੇਪਰ ਦੇਣ ਆਏ ਸੀ, ਇਹ ਵੀ ਸਵਾਲ ਹੈ। ਫਿਰ ਯਕੀਨ ਜਾਂ ਨਹੀਂ ਬਚਦਾ। ਤੁਸੀਂ ਕਿਹਾ ਕਿ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ? ਅਫਸਰਸ਼ਾਹੀ ਦੇ ਉੱਤੇ ਇਕੱਲੀ ਉੱਤੇ ਆਪਾਂ ਨਹੀਂ ਨਾ ਥੋਪ ਸਕਦੇ। ਉੱਤੇ ਮੰਤਰੀ ਸਾਹਿਬਾਨ ਕਾਹਦੇ ਵਾਸਤੇ ਬੈਠੇ ਨੇ? ਕੀ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਸਿੱਖਿਆ ਮੰਤਰੀ ਨੂੰ ਜਵਾਬਦੇਹ ਬਣਾਉਣ? ਸਿੱਖਿਆ ਮੰਤਰੀ ਦੀ ਫਿਰ ਅੱਗੋਂ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸ ਢੰਗ ਦੇ ਨਾਲ ਉਹ ਸਾਰੇ ਪ੍ਰਬੰਧ ਨੂੰ ਚਲਾਉਂਦੇ ਨੇ। ਪੇਪਰ ਲੀਕ ਹੋਣਾ ਜਾਂ ਪੇਪਰ ਹਾਈਲਾਈਟ ਹੋਣਾ, ਇਹ ਵੀ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਨੇ ਕਿ ਇਸ ਸਰਕਾਰ ਤੋਂ ਇਹ ਸਭ ਕੁਝ ਕੰਟਰੋਲ ਕਿਉਂ ਨਹੀਂ ਹੁੰਦਾ? ਬਿਲਕੁਲ, ਮੈਂ ਇਹੀ ਕਹਿਣਾ ਕਿ ਜੇਕਰ ਸਰਕਾਰਾਂ ਪਹਿਲੇ ਦਿਨ ਤੋਂ ਹੀ, ਜਦੋਂ ਤੋਂ ਚੰਨੀ ਸਾਹਿਬ ਵੇਲੇ ਜਾਂ ਕੈਪਟਨ ਸਾਹਿਬ ਵੇਲੇ ਜੇ ਇਦਾਂ ਦੇ ਘਪਲੇ ਹੋਏ ਸੀਗੇ ਔਰ ਪੇਪਰ ਲੀਕ ਹੁੰਦੇ ਸੀ ਜਾਂ ਪੇਪਰਾਂ ਦੇ ਵਿੱਚ ਕੋਈ ਗੜਬੜੀ ਹੁੰਦੀ ਸੀ, ਜੇਕਰ ਉਦੋਂ ਹੀ ਸਰਕਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਤਾਂ ਅੱਜ ਨੌਬਤ ਨਾ ਆਉਂਦੀ ਕਿ ਭਗਵੰਤ ਮਾਨ ਨੂੰ ਇਹ ਕਹਿਣਾ ਪੈਂਦਾ ਕਿ ਭਾਈ ਜਿਹੜੇ ਵੀ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕਰੋ, ਉਹਨਾਂ ਦੇ ਉੱਤੇ ਕੇਸ ਬਣਾਓ ਔਰ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਇਹ ਤਾਂ ਹੁਣ ਹੋਣ ਲੱਗਿਆ ਨਾ, ਇਹ ਪਹਿਲੀ ਵਾਰੀ ਹੋਇਆ। ਤੁਸੀਂ ਦੇਖੋ ਕਿੰਨੇ ਸਾਲਾਂ ਬਾਅਦ, ਤੁਸੀਂ ਵੀ ਕਵਰ ਕਰਦੇ ਆਏ ਹੋ, ਕੋਈ ਵੀ ਸਰਕਾਰ ਨੋਟਸ ਲੈਂਦੀ ਸੀ ਇਸ ਗੱਲ ਦਾ? ਇੱਦਾਂ ਹੀ ਚੱਲੀ ਜਾਂਦਾ ਸੀਗਾ। ਸੋ ਜੇਕਰ ਹੁਣ ਸਰਕਾਰ ਨੋਟਸ ਲੈ ਰਹੀ ਹੈ ਔਰ ਇਸ ਗੱਲ ਨੂੰ ਜ਼ਿੰਮੇਵਾਰੀ ਕਿਸੇ ਦੀ ਤੈਅ ਕਰ ਰਹੀ ਹੈ, ਹੁਣ ਕੱਲ ਬੈਂਸ ਸਾਹਿਬ ਦਾ ਬਿਆਨ ਸੀਗਾ ਕਿ ਭਾਈ ਅਸੀਂ ਜ਼ਿੰਮੇਵਾਰੀ ਵੀ ਤੈਅ ਕਰਾਂਗੇ ਔਰ ਬਣਦੀਆਂ ਸਜ਼ਾਵਾਂ ਵੀ ਦੇਣਗੀਆਂ ਦਿੱਤੀਆਂ ਜਾਣਗੀਆਂ। ਸੋ ਸਰਕਾਰ ਦਾ ਕੰਮ ਤਾਂ ਇਹੀ ਹੈ ਨਾ ਕਿ ਜ਼ਿੰਮੇਵਾਰੀ ਨੂੰ ਤੈਅ ਕਰਨਾ ਔਰ ਜਿੰਨੀ ਇਹ ਖੱਜਲ ਖੁਆਰੀ ਹੁੰਦੀ ਹੈ ਉਹਨੂੰ ਬੰਦ ਕਰਨਾ ਔਰ ਤਾਂ ਕਿ ਅੱਗੇ ਤੋਂ ਇੱਦਾਂ ਦੀਆਂ ਚੀਜ਼ਾਂ ਨਾ ਹੋਣ।
ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣਗੀਆਂ ਤਾਂ ਲਾਜ਼ਮੀ ਤੌਰ ਤੇ ਕੋਈ ਕਾਰਨ ਨਹੀਂ ਹੈ ਕਿ ਇੱਦਾਂ ਦੀਆਂ ਪੇਪਰਾਂ ਦੇ ਵਿੱਚ ਕੋਈ ਧਾਂਦਲੀਆਂ ਹੋ ਜਾਣ ਜਾਂ ਲੀਕੇਜ ਹੋ ਜਾਏ। ਸੋ ਹੌਲੀ ਹੌਲੀ ਮਸਲਾ ਹੱਲ ਹੋਏਗਾ ਜੇ ਸਰਕਾਰ ਦੀ ਨੀਤ ਔਰ ਨੀਤੀ ਸਾਫ਼ ਹੈ। ਇੱਥੇ ਗੱਲ ਆ ਕੇ ਨਿਕਲੀ ਹੈ। ਪਰ ਡਾਕਟਰ ਸਾਹਿਬ ਜਦੋਂ ਇਮਾਨਦਾਰੀ ਦੀ ਗੱਲ ਆਉਂਦੀ ਹੈ ਨਾ ਕਿ ਜ਼ਿੰਮੇਵਾਰੀ ਕਿੱਦਾਂ ਤੈਅ ਕਰਨੀ ਹੈ, ਜਦੋਂ ਅਫਸਰਸ਼ਾਹੀ ਜਾਂ ਅਧਿਕਾਰੀ ਜਾਂ ਉਹ ਲੋਕ ਦੇਖਣਗੇ ਕਿ ਉੱਤੇ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ, ਹਾਲਾਂਕਿ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਵਰ ਕਰਨ ਦੀ, ਆਪਣੇ MLAs ਨੂੰ ਵੀ ਫੜਿਆ, ਬਠਿੰਡੇ ਵਾਲੇ ਅਮਿਤ ਰਤਨ ਹੋ ਗਏ, ਸਰਾਰੀ ਦੇ ਮਾਮਲੇ 'ਚ ਕੀ ਕੀਤਾ ਜਿਹੜੇ ਕੈਬਨਿਟ ਮੰਤਰੀ ਸੀਗੇ ਫੌਜਾ ਸਿੰਘ ਸਰਾਰੀ, ਉਹਨੂੰ ਵੀ ਲੈ ਕੇ ਫਿਰ ਤਾਂ ਹੀ ਤਾਂ ਰੋਜ਼ ਵਿਜੀਲੈਂਸ ਜਿਹੜੀ ਹੈ ਉਹ ਪੁਲਿਸ ਅਧਿਕਾਰੀ ਇਹੋ ਜਿਹੜੇ ਕਰਪਟ ਨੇ ਉਹਨਾਂ ਨੂੰ ਵੀ ਫੜਦੀ ਹੈ ਜਾਂ ਹੋਰ ਮਹਿਕਮਿਆਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਕਾਰਵਾਈ ਹੁੰਦੀ ਹੈ, ਜਿਹੜੇ ਭ੍ਰਿਸ਼ਟ ਨੇ ਉਹਨਾਂ ਨੂੰ ਫੜਿਆ ਜਾਂਦਾ। ਪਰ ਇਹ ਰੁਕਣ ਦਾ ਨਾਂ ਤਾਂ ਲਏਗਾ ਨਾ ਜੇ ਉੱਪਰੋਂ ਜ਼ੀਰੋ ਟੋਲਰੈਂਸ ਵਾਕਈ ਨਜ਼ਰ ਆਏਗੀ। ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਜ਼ੀਰੋ ਟੋਲਰੈਂਸ ਤਾਂ ਦੇਖੋ ਹੋਏਗੀ, ਪਰ ਮੈਂ ਕਹਾਂਗੇ ਕਿ ਰਾਤੋ ਰਾਤ ਹੀ ਸਾਰਾ ਸਿਸਟਮ ਬਦਲ ਜਾਏਗਾ ਇਹ ਨਹੀਂ ਹੋਏਗਾ। ਹਾਂ, ਜਿਹੜੀ ਤੁਸੀਂ ਗੱਲ ਕਰ, ਚਾਹੇ ਸਰਾਰੀ ਸਾਹਿਬ ਦੀ ਹੈ, ਚਾਹੇ ਉਸ ਤੋਂ ਪਹਿਲਾਂ ਸਿੰਗਲਾ ਸਾਹਿਬ ਦੀ ਹੈ, ਹੁਣ ਰਤਨ ਸਾਹਿਬ ਦੀ ਹੈ, ਜਾਂ ਤਾਂ ਇਹਨਾਂ ਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਪਹਿਲਾਂ ਪਿਛਲੇ ਕਿੰਨੇ ਸਾਲਾਂ ਤੋਂ ਕਵਰ ਕਰ ਰਹੇ ਹੋ, ਜਦੋਂ ਬਾਕੀ ਸਰਕਾਰਾਂ ਦੇ ਵਿੱਚ ਇੱਦਾਂ ਦੀ ਕੋਈ ਧਾਂਦਲੀ ਫੜੀ ਜਾਂਦੀ ਸੀਗੀ, ਖਾਸ ਤੌਰ ਤੇ ਉਹਨਾਂ ਦੇ ਆਪਣੇ ਮੰਤਰੀਆਂ ਤੋਂ ਜਾਂ ਕਿਸੇ MLA ਤੋਂ, ਕਿ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਸੀ ਕੋਈ? ਇੱਕ ਮੈਨੂੰ ਕਹਾਣੀ ਦੱਸ ਦਿਓ, ਇੱਕ ਵੀ ਤੁਸੀਂ ਦੱਸੋ। ਹੁਣ ਇੱਕ ਸਾਲ ਦੇ ਵਿੱਚ ਦੋ ਮੰਤਰੀ ਵੱਡੇ, ਇੱਕ MLA ਨਾ, ਉਹ ਅੱਜ ਜੇਲ੍ਹ 'ਚ ਹੈ, ਮੰਤਰੀਆਂ ਨੂੰ ਉਹਨਾਂ ਦੀਆਂ ਪਦਵੀਆਂ ਤੋਂ ਖਤਮ ਕੀਤਾ ਗਿਆ, ਉਤਾਰਿਆ ਗਿਆ, ਔਰ ਉਹਨਾਂ ਦੇ ਉੱਤੇ ਜਿਹੜਾ ਇਨਕੁਆਰੀ ਵੱਖਰੀ ਚੱਲ ਰਹੀ ਹੈ, ਜਦੋਂ ਉਹਨਾਂ ਦਾ ਕੋਈ ਇਨਕੁਆਰੀ ਦਾ ਸਿੱਟਾ ਨਿਕਲੇਗਾ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਨੇ, ਕੇਸ ਚੱਲ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਾਂ ਤਾਂ ਸਰਕਾਰ ਦੀ ਨੀਤ ਦੇ ਉੱਤੇ ਆਪਾਂ ਤਾਂ ਸ਼ੱਕ ਕਰੀਏ ਕਿ ਜੇ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਹੋਵੇ, ਪਹਿਲਾਂ ਵਾਂਗ ਪਿਛਲੀਆਂ ਸਰਕਾਰਾਂ ਵਾਂਗ, ਸਰਕਾਰ ਕੋਲੇ ਕੋਈ ਸਬੂਤ ਲੈ ਕੇ ਆਓ। ਨਾਲ ਦੀ ਨਾਲ ਮਾਨ ਸਾਹਿਬ ਕਹਿੰਦੇ ਨੇ ਕਿ ਜੇ ਤਾਂ ਕਾਰਵਾਈ ਨਹੀਂ ਹੋਏਗੀ ਤਾਂ ਤੁਸੀਂ ਮੈਨੂੰ ਕਹਿਣਾ, ਕਾਰਵਾਈ ਜ਼ੀਰੋ ਟੋਲਰੈਂਸ ਦੀ ਹੋਣੀ ਹੋਣੀ ਹੈ। ਸੋ ਇਸ ਕਰਕੇ ਜਿਹੜਾ ਵੀ ਕੋਈ ਧਾਂਦਲੀ ਕਰੇਗਾ ਤਾਂ ਉਹਦੇ ਉੱਤੇ ਕਾਰਵਾਈ ਹੋਏਗੀ ਹੋਏਗੀ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈਗੀਆਂ। ਔਰ ਚਾਹੇ ਕਿੱਡਾ ਵੀ ਮੰਤਰੀ ਹੋਵੇ, ਚਾਹੇ ਉਹਨਾਂ ਉਹ ਕਹਿੰਦੇ ਮੇਰਾ ਆਪਣਾ ਖਾਸ ਹੋਵੇ, ਚਾਹੇ ਮੇਰਾ ਆਪਣਾ ਹੋਵੇ, ਚਾਹੇ ਬਗਾਨਾ ਹੋਵੇ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ। ਸੋ ਇਹ ਹੁੰਦੀ ਹੈ ਅਸਲੀ ਜਿਹੜੀ ਜ਼ੀਰੋ ਟੋਲਰੈਂਸ। ਜੇ ਆਪਾਂ ਕਹੀਏ ਵੀ ਪਿਛਲੀਆਂ ਸਰਕਾਰਾਂ ਵਾਂਗ ਕਿ ਕੋਈ ਨਹੀਂ ਦੇਖਾਂਗੇ, ਸਾਡੇ ਬੰਦੇ ਤਾਂ ਬਿਲਕੁਲ ਦੁੱਧ ਧੋਤੇ ਨੇ, ਜਾਂ ਬਾਕੀ ਜਿਹੜੇ ਨੇ ਸਾਰੇ ਕਰਪਟ ਨੇ, ਉਹ ਨਹੀਂ ਹੁੰਦਾ। ਮਾਨ ਸਾਹਿਬ ਨੇ ਬਕਾਇਦਾ ਤੌਰ ਤੇ ਇਹ ਜਿਹੜਾ ਹੈਗਾ ਬਿਆਨ ਦਿੱਤਾ ਕਿ ਚਾਹੇ ਮੇਰਾ ਆਪਣਾ ਹੋਵੇ, ਚਾਹੇ ਬਗਾਨਾ ਹੋਵੇ, ਮੈਂ ਉਹਨੂੰ ਕਦੇ ਵੀ ਰਿਸ਼ਵਤ ਨੂੰ ਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ। ਜੀ ਡਾਕਟਰ ਸਾਹਿਬ, ਇੱਕ ਗੱਲ ਬੜੀ ਪ੍ਰਚਲਿਤ ਹੈ ਕਿ ਯੂਨੀਵਰਸਿਟੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਬੱਚਿਆਂ ਨੂੰ ਕਿਸੇ ਇੱਕ ਅੱਧੇ ਪੇਪਰ ਚੋਂ ਫੇਲ ਕਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਦੇ ਨੰਬਰ ਉਸ ਕਿਸਮ ਦੇ ਨਹੀਂ ਆਉਂਦੇ, ਫਿਰ ਉਹਦੇ ਲਈ ਫਿਰ ਯੂਨੀਵਰਸਿਟੀ ਫਿਰ ਅਪੀਲ ਕਰਦੇ ਨੇ, ਫਿਰ ਦੁਬਾਰਾ ਪੇਪਰ ਦਿੱਤਾ ਜਾਂਦਾ ਜਾਂ ਕੋਈ ਲੇਟ ਹੋ ਜਾਂਦਾ ਉਹ ਤੋਂ ਫਿਰ ਵੱਧ ਫੀਸ ਲਈ ਜਾਂਦੀ ਹੈ। ਇਸ ਤਰੀਕੇ ਦੇ ਨਾਲ ਵੀ ਕਹਿੰਦੇ ਕੋਈ ਚੱਲਦੀ ਹੈ ਕੋਈ ਧਾਂਦਲੀ ਜਿਹਦੇ ਨਾਲ ਜਿਹੜਾ ਬੱਚਿਆਂ ਨੂੰ ਖੱਜਲ ਖੁਆਰੀ ਝੱਲਣੀ ਪੈਂਦੀ, ਵਿਦਿਆਰਥੀਆਂ ਨੂੰ ਝੱਲਣੀ ਪੈਂਦੀ ਹੈ ਜਾਂ ਕੋਈ ਭ੍ਰਿਸ਼ਟਾਚਾਰ ਦਾ ਬੋਲਬਾਲਾ ਜੇ ਤੁਹਾਡੀ ਨਜ਼ਰ ਵਿੱਚ ਆਵੇ ਕਿ ਕੀ ਅੱਜ ਵੀ ਪੰਜਾਬੀ ਯੂਨੀਵਰਸਿਟੀ ਭ੍ਰਿਸ਼ਟਾਚਾਰ ਚੱਲ ਰਿਹਾ, ਤੇ ਜੇ ਉਹ ਚੱਲ ਰਿਹਾ ਤੇ ਕਿਸ ਲੈਵਲ ਦਾ ਚੱਲ ਰਿਹਾ, ਉਹਦੇ 'ਚ ਕੌਣ ਸ਼ਾਮਿਲ ਹੋ ਸਕਦਾ ਜਾਂ ਉਹ ਹਿੱਸਾ ਪੱਤੀ ਕਿੱਥੇ ਜਾਂਦੀ ਆ, ਉਹ ਵੀ ਸਾਰੇ ਸਵਾਲ ਨੇ। ਦੇਖੋ, ਮੈਂ ਉਹੀ ਕਹਾਂਗਾ ਕਿ ਇਹਦੇ ਲਈ ਤਾਂ ਜਿਹੜੇ ਵਾਈਸ ਚਾਂਸਲਰ ਸਾਹਿਬ ਹੁੰਦੇ ਨੇ ਉਹ ਹੈੱਡ ਨੇ, ਉਹ ਮੁਖੀ ਨੇ ਇੰਸਟੀਟਿਊਸ਼ਨ ਦੇ। ਜਿੱਥੇ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਚਾਹੇ ਖੱਜਲ ਖੁਆਰੀ ਹੋਵੇ ਆਮ ਲੋਕਾਂ ਦੀ, ਚਾਹੇ ਉਹ ਜਿਵੇਂ ਤੁਸੀਂ ਕਿਹਾ ਕੋਈ ਭ੍ਰਿਸ਼ਟਾਚਾਰੀ ਦੀ ਗੱਲ ਹੋਵੇ, ਉਹਨਾਂ ਨੂੰ ਤਹਿਕੀਕਾਤ ਕਰਨੀ ਚਾਹੀਦੀ ਹੈ। ਜੇਕਰ ਉਹਨਾਂ ਕੋਲੇ ਕੋਈ ਸ਼ਿਕਾਇਤ ਆਉਂਦੀ ਹੈ, ਜੇਕਰ ਉਹਨਾਂ ਕੋਲੇ ਪ੍ਰੂਫ ਆਉਂਦਾ ਹੈ, ਜਿਵੇਂ ਮੈਂ ਭਗਵੰਤ ਮਾਨ ਦੀ ਐਗਜ਼ਾਮਪਲ ਦੇ ਕੇ ਹਟਿਆ, ਤਾਂ ਲਾਜ਼ਮੀ ਤੌਰ ਤੇ ਉਹਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਜੇਕਰ ਬਾਰ ਬਾਰ ਖੱਜਲ ਖੁਆਰੀ ਹੋ ਰਹੀ ਹੈ, ਜਿਵੇਂ ਤੁਸੀਂ ਆਪ ਦੱਸ ਰਹੇ ਹੋ, ਬਾਰ ਬਾਰ ਆਮ ਲੋਕ ਆਉਂਦੇ ਨੇ ਔਰ ਇੱਥੋਂ ਮੁੜਦੇ ਨੇ, ਧੱਕੇ ਖਾਂਦੇ ਨੇ, ਤਾਂ ਇਹਦੀ ਜ਼ਿੰਮੇਵਾਰੀ ਜਿਹੜੇ ਉੱਪਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੀ ਬਣਦੀ ਹੈ, ਉਹਨੂੰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਸੋ ਇਹ ਜ਼ਿੰਮੇਵਾਰੀ, ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ, ਸਰਕਾਰ ਨੇ ਉਹਨਾਂ ਨੂੰ ਏਡੀਆਂ ਵੱਡੀਆਂ ਪੋਜੀਸ਼ਨਾਂ ਦਿੱਤੀਆਂ ਨੇ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਪਛਾਣਨੀ ਚਾਹੀਦੀ ਹੈ ਔਰ ਲੋਕਾਂ ਦੇ, ਬੱਚਿਆਂ ਦੇ, ਵਿਦਿਆਰਥੀਆਂ ਦੇ ਭਲੇ ਦੇ ਲਈ ਕੰਮ ਕਰਨਾ ਚਾਹੀਦਾ ਹੈ। ਮੇਰਾ ਆਖਰੀ ਸਵਾਲ ਹੁਣ ਇਹ ਆ ਕਿ ਜਿਸ ਤਰੀਕੇ ਦੇ ਨਾਲ VC ਸਾਹਿਬ ਤੇ ਉਂਗਲਾਂ ਉੱਠਦੀਆਂ, ਪਿਛਲੇ VC ਸਾਹਿਬ ਤਾਂ ਆਪਣੀ ਸੀਟ ਛੱਡ ਕੇ ਚਲੇ ਗਏ ਕਿ ਜੇ ਪੈਸਾ ਨਹੀਂ ਤੇ ਫਿਰ ਕੰਮ ਨਹੀਂ ਹੋ ਸਕਦਾ,
ਜੇ ਮੰਨ ਲਓ ਕਿ ਇਹ ਵੀ ਵੀਸੀ ਸਾਹਿਬ ਆਪਣੀ ਸੀਟ ਛੱਡਦੇ ਨੇ ਫਿਰ ਯੂਨੀਵਰਸਿਟੀ ਸੰਕਟ ਚੋਂ ਨਿਕਲ ਜਾਏਗੀ? ਕੋਈ ਨਵਾਂ ਵੀਸੀ ਜੇ ਕੋਈ ਸਰਕਾਰ ਦੀ ਬੋਲੀ ਬੋਲਣ ਵਾਲਾ ਆਇਆ, ਜੀ ਹਜ਼ੂਰੀ ਕਰਨ ਵਾਲਾ ਆਇਆ, ਕੀ ਫਿਰ ਉਹਦੇ ਜ਼ਰੀਏ ਅਸੀਂ ਯੂਨੀਵਰਸਿਟੀ ਨੂੰ ਇਸ ਤਰੀਕੇ ਨਾਲ ਚਲਾ ਸਕਦੇ ਹਾਂ ਕਿ ਯੂਨੀਵਰਸਿਟੀ ਸੰਕਟ ਦੇ ਵਿੱਚ ਡੁੱਬੀ ਰਹੇ ਤੇ ਅਸੀਂ ਚੁੱਪ ਚਪੀਤੇ ਆਪਣਾ ਤਨਖਾਹਾਂ ਤੱਕ ਸੀਮਤ ਰਹੀਏ ਜਾਂ ਉਸ ਕਿਸਮ ਦੀ ਗੱਲ ਨਾ ਕਰੀਏ ਸਾਹਮਣੇ ਆ ਕੇ? ਕਿਉਂਕਿ ਇਹ ਵੀ ਹੁੰਦਾ ਨਾ ਕਿ ਕਿਸੇ ਨੂੰ ਤੇ ਬੋਲਣਾ ਪੈਣਾ ਨਾ। ਜੇ ਹੁਣ ਵੀਸੀ ਸਾਹਿਬ ਨੇ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਕਿ ਤਾਲਮੇਲ ਬਿਠਾਇਆ ਜਾਵੇ ਸਰਕਾਰ ਨਾਲ, ਤਾਲਮੇਲ ਅਸੀਂ ਦੇਖਿਆ ਪਿਛਲੀ ਸਰਕਾਰ ਨਾਲ ਵੀ, ਉਹਨਾਂ ਨੂੰ ਬੁੱਕੇ ਪੇਟ, ਉਹਨਾਂ ਨੂੰ ਜਾ ਕੇ ਮਿਲਣਾ, ਉਹਨਾਂ ਨੂੰ ਜੀ ਆਇਆ ਕਹਿਣਾ, ਜੇ ਕੋਈ ਸਿੱਖਿਆ ਮੰਤਰੀ ਬਦਲ ਗਿਆ ਉਹਦਾ ਧੰਨਵਾਦ ਕਰਕੇ ਉਹਨਾਂ ਨਾਲੇ ਉਹਦੇ ਅੱਗੇ ਮੰਗ ਰੱਖ ਕੇ ਆਉਣੀ ਕਿ ਤੁਸੀਂ ਜੀ ਸਾਡੀ ਯੂਨੀਵਰਸਿਟੀ ਦਾ ਧਿਆਨ ਰੱਖੋ। ਇਹ ਸਾਰਾ ਕੁਝ ਹੋਇਆ, ਇਹ ਤਾਂ ਇੱਦਾਂ ਲੱਗਦਾ ਕਿ ਪਾਣੀ ਜਿਹੜਾ ਉਹ ਸਿਰ ਤੋਂ ਪਾਰ ਹੋਇਆ, ਉਦੋਂ ਬਾਅਦ ਜਾ ਕੇ ਵੀਸੀ ਸਾਹਿਬ ਨੇ ਸਾਹਮਣੇ ਆ ਕੇ ਗੱਲ ਕੀਤੀ ਹੈ। ਮੈਂ ਜਿਵੇਂ ਕਿਹਾ ਕਿ ਵੀਸੀ ਬਦਲਣ ਦੇ ਨਾਲ ਕੀ ਮਸਲਾ ਹੱਲ ਹੋ ਜਾਏਗਾ? ਪੈਸੇ ਤਾਂ ਉਨੇ ਹੀ ਰਹਿਣੇ, ਸਰਕਾਰ ਦੀ ਨੀਅਤ ਜਾਂ ਨੀਤੀ ਜਿਹੜੀ ਆ ਉਸੇ ਢੰਗ ਦੇ ਨਾਲ ਰਹਿਣੀ। ਜੇ ਅੱਜ 160 ਕਰੋੜ ਤੋਂ ਉੱਤੇ ਦਿੱਤਾ ਜਾ ਰਿਹਾ, ਮੰਗ ਜਿਹੜੀ ਆ ਉਹ 200-300 ਕਰੋੜ ਦੇ ਕਰੀਬ ਦੀ ਕੀਤੀ ਜਾਂਦੀ ਆ, ਤਾਂ ਫਿਰ ਜੇ ਅੱਗੋਂ ਸਰਕਾਰ ਨੇ ਨਾ ਦਿੱਤਾ ਇਸ ਤਰ੍ਹਾਂ, ਤਾਂ ਯੂਨੀਵਰਸਿਟੀ ਅੱਜ 150 ਕਰੋੜ ਦਾ ਕਰਜ਼ਾ, ਕੱਲ ਨੂੰ 200-300-400 ਜਿਵੇਂ ਪੰਜਾਬ ਦੇ ਸਿਰ ਕਰਜ਼ਾ ਚੜ੍ਹਦਾ ਜਾ ਰਿਹਾ, ਐਵੇਂ ਚੜ੍ਹਦਾ ਜਾਊਗਾ। ਮੈਂ ਸੁਖਿੰਦਰ ਜੀ, ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਵੀ ਨਵਾਂ ਵੀਸੀ ਆਵੇ ਉਹ ਪਹਿਲੀ ਗੱਲ ਤਾਂ ਇਹ ਕਰੇ ਵੀ ਮੈਨੂੰ ਆਹ ਇਸ ਵੇਲੇ ਆਹ ਸੰਕਟ ਹੈ, ਜਿਵੇਂ ਕਿ ਇੰਨੇ ਪੈਸੇ ਚਾਹੀਦੇ ਨੇ, ਜਾਂ ਤਾਂ ਮੈਨੂੰ ਪੈਸੇ ਦੇ ਦਿਓ, ਠੀਕ ਹੈ ਨਾ, ਫਿਰ ਤਾਂ ਮੈਂ ਵੀਸੀ ਲੱਗ ਜਾਂਗਾ। ਜੇ ਉਹ ਕਹੇਗਾ ਕਿ ਨਹੀਂ ਮੈਨੂੰ ਪੈਸੇ ਵੀ ਦੀ ਲੋੜ ਨਹੀਂ ਹੈ, ਮੈਂ ਇੱਦਾਂ ਹੀ ਆ ਜਾਂਗਾ, ਫਿਰ ਇਹਦਾ ਮਤਲਬ ਕੋਈ ਗੜਬੜ ਹੈ। ਸੋ ਵੀਸੀ ਜਿਹੜਾ ਵੀ ਵੀਸੀ ਆਵੇ, ਜਾਂ ਇਹ ਮੈਂ ਇਹ ਵੀਸੀ ਨੂੰ, ਵੀਸੀ ਸਾਹਿਬ ਨੂੰ ਵੀ ਕਹਿ ਰਿਹਾ ਕਿ ਇਹਨਾਂ ਨੂੰ ਇਹੀ ਸ਼ਰਤ ਰੱਖਣੀ ਚਾਹੀਦੀ, ਜਾਂ ਤਾਂ ਭਾਈ ਮੇਰਾ ਮਸਲਾ ਹੱਲ ਕਰੋ, ਜਾਂ ਫਿਰ ਮੇਰਾ ਅਸਤੀਫਾ ਲਓ। ਠੀਕ ਹੈ, ਦੋਨੋਂ ਪਾਸੇ ਨਹੀਂ ਰੱਖਣਾ ਚਾਹੀਦਾ ਨਾ, ਕਿ ਤੁਸੀਂ ਉੱਧਰ ਵੀ ਹੋ ਤੇ ਉੱਧਰ ਵੀ ਹੋ, ਤੁਸੀਂ ਆਪਣੀ ਕੁਰਸੀ ਵੀ ਬਚਾਉਣਾ ਚਾਹੁੰਦੇ ਹੋ, ਤੁਸੀਂ ਆਪਣੇ ਜਿਹੜੇ ਆਪਣੇ ਖਿਲਾਫ ਜਿਹੜੀ ਆਵਾਜ਼ ਉੱਠ ਰਹੀ ਹੈ ਅੰਦਰੋਂ ਉਹਨੂੰ ਵੀ ਤੁਸੀਂ ਕਨਵਰਟ ਕਰਨਾ ਚਾਹੁੰਦੇ ਹੋ ਦੂਜੇ ਪਾਸੇ, ਤੁਸੀਂ ਇਹ ਵੀ ਸਰਕਾਰ ਦੇ ਸਰਕਾਰ ਨੂੰ ਵੀ ਸੱਚੇ ਹੋਣਾ ਚਾਹੁੰਦੇ ਹੋ। ਸੋ ਇਹ ਦੋਨੋਂ ਚੀਜ਼ਾਂ ਨਹੀਂ ਚੱਲਣਗੀਆਂ। ਜਾਂ ਤਾਂ ਤੁਸੀਂ ਇੰਨੀ ਹਿੰਮਤ ਰੱਖੋ ਕਿ ਭਾਈ, ਜਾਂ ਤਾਂ ਮੈਨੂੰ ਘੁੰਮਣ ਸਾਹਿਬ ਵਾਂਗ, ਮੈਂ ਘੁੰਮਣ ਸਾਹਿਬ ਦੀ ਇਗਜ਼ਾਮਪਲ ਦਿੱਤੀ ਸੀਗੀ ਕਿ ਭਾਈ ਮੈਨੂੰ ਪੈਸੇ ਦਿਓ, ਨਹੀਂ ਤਾਂ ਮੈਂ ਕੁਰਸੀ ਛੱਡ ਕੇ ਜਾਣਾ। ਇਹ ਦੋਨੋਂ ਕੰਮ ਨਾ ਕਰੋ, ਇਹਦੇ ਨਾਲ ਯੂਨੀਵਰਸਿਟੀ ਦਾ ਨੁਕਸਾਨ ਹੈ। ਇਹਦੇ ਨਾਲ ਕੀ ਹੈ ਕਿ ਕਲਾਸਾਂ ਨਹੀਂ ਲੱਗਣਗੀਆਂ, ਕਿਹਦਾ ਨੁਕਸਾਨ ਹੋਏਗਾ? ਵਿਦਿਆਰਥੀਆਂ ਦਾ ਨੁਕਸਾਨ, ਨਾ ਉੱਥੇ ਟੀਚਰਾਂ ਦਾ ਨੁਕਸਾਨ ਹੈ, ਨਾ ਕੋਈ ਕਰਮਚਾਰੀਆਂ ਦਾ ਨੁਕਸਾਨ ਹੈ, ਨੁਕਸਾਨ ਕਿਹਦਾ? ਵਿਦਿਆਰਥੀਆਂ ਦਾ, ਵਿਚਾਰਿਆਂ ਦਾ। ਸੋ ਵਿਦਿਆਰਥੀਆਂ ਦਾ ਨੁਕਸਾਨ ਨਾ ਕਰੋ ਔਰ ਪੰਜਾਬੀ ਦਾ ਨੁਕਸਾਨ ਨਾ ਕਰੋ, ਪਲੀਜ਼। ਆਪਾਂ ਇਮਾਨਦਾਰੀ ਦੇ ਨਾਲ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਅੱਗੇ ਲੈ ਕੇ ਜਾਈਏ। ਸਰਕਾਰ ਦੇ ਜੇ ਤੁਸੀਂ ਖਿਲਾਫ਼ ਬੋਲਣਾ ਹੈ ਤਾਂ ਉਹਨਾਂ ਨੂੰ ਲਿਖ ਕੇ ਦੇ ਦਿਓ ਕਿ ਭਾਈ ਆਹ ਆਹ ਮੇਰੀਆਂ ਮੰਗਾਂ ਨੇ, ਜੇ ਤਾਂ ਤੁਸੀਂ ਦਿੰਦੇ ਹੋ ਤਾਂ ਮੈਂ ਕੰਟੀਨਿਊ ਕਰਾਂਗਾ, ਨਹੀਂ ਤਾਂ ਮੈਂ ਛੱਡ ਰਿਹਾ। ਸਿੱਧੀ ਜੀ ਗੱਲ ਹੈ, ਏਡੀ ਏਡਾ ਕਿੱਦਾਂ ਕਲਾਲਚ ਹੈ। ਅਕਸਰ ਇਹੋ ਜਿਹੇ ਹਾਲਾਤਾਂ 'ਚ ਇਹ ਵੀ ਤਾਂ ਹੈ ਨਾ ਵੀ ਜੇ ਜ਼ਿਆਦਾ ਸੰਕਟ ਹੋ ਗਿਆ ਯੂਨੀਵਰਸਿਟੀ, ਕਿਤੇ ਇਹ ਨਾ ਹੋਵੇ ਕਿਤੇ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਨਾਲ ਗੱਲ ਚੱਲਦੀ ਹੋਵੇ ਕਿ ਉੱਦਾਂ ਪ੍ਰਬੰਧ ਚਲਾ ਲਈਏ ਯੂਨੀਵਰਸਿਟੀ ਦਾ। ਸੁਖਿੰਦਰ ਜੀ, ਇਹ ਜਿਹੜੀ ਸਰਕਾਰ ਹੈ ਕਿਸੇ ਵੀ ਹਾਲਤ ਦੇ ਵਿੱਚ ਪ੍ਰਾਈਵੇਟ ਹੱਥਾਂ 'ਚ ਯੂਨੀਵਰਸਿਟੀਆਂ ਨੂੰ ਜਾਂ ਸਕੂਲਾਂ ਨੂੰ ਜਾਂ ਕਾਲਜਾਂ ਨੂੰ ਨਹੀਂ ਦੇਵੇਗੀ, ਇਹ ਮੈਂ ਲਿਖ ਕੇ ਦੇ ਸਕਦਾ। ਸੋ ਇਸ ਕਰਕੇ ਇਹ ਤਾਂ ਸੰਭਵ ਹੀ ਨਹੀਂ ਹੈ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੋਵੇ, ਭਗਵੰਤ ਮਾਨ ਉਹਦੀ ਰਹਿਨਮਾਈ ਕਰ ਰਹੇ ਹੋਣ ਔਰ ਆਮ ਆਦਮੀ ਪਾਰਟੀ ਇਸ ਲਈ ਸੱਤਾ ਵਿੱਚ ਆਈ ਹੋਵੇ ਕਿ ਅਸੀਂ ਐਜੂਕੇਸ਼ਨ ਨੂੰ ਸੁਧਾਰਾਂਗੇ, ਹੈਲਥ ਨੂੰ ਸੁਧਾਰਾਂਗੇ, ਔਰ ਉਦੋਂ ਅਸੀਂ ਤਵੱਕੋ ਕਰੀਏ ਕਿ ਇਹੀ ਪਾਰਟੀ ਜਿਹੜੀ ਹੈ, ਇਹੀ ਸਰਕਾਰ ਜਿਹੜੀ ਹੈਗੀ ਹੈ ਪ੍ਰਾਈਵੇਟ ਹੱਥਾਂ 'ਚ। ਇਹ ਤਾਂ ਵਿਰੋਧੀ ਪਾਰਟੀਆਂ ਜ਼ਰੂਰ ਇਹ ਕਹਿ ਸਕਦੀਆਂ ਨੇ, ਪਰ ਜਿੰਨਾ ਕੁ ਮੈਂ ਜਾਣਦਾ ਇਸ ਪਾਰਟੀ ਨੂੰ, ਮੈਂ ਇਹ ਕਹਿ ਸਕਦਾ ਕਿ ਇਹ ਕੰਮ ਕਦੇ ਵੀ ਨਹੀਂ ਹੋਏਗਾ। ਹਾਂ, ਮਸਲਾ ਹੱਲ ਹੋਏਗਾ, ਪਰ ਇਹ ਕਿਸੇ ਤਰੀਕੇ ਨਾਲ ਹੋਏਗਾ। ਪੁਰਾਣਾ ਜਿਹੜਾ ਜੋ ਵੀ ਇਹਦੇ 'ਚ ਲੂਪ ਹੋਲਸ ਰਹੇ ਉਹਨਾਂ ਨੂੰ ਠੀਕ ਕਰਨਾ ਹੋਏਗਾ ਔਰ ਅੱਗੇ ਵਧਣਾ ਹੋਏਗਾ ਔਰ ਪੰਜਾਬ, ਪੰਜਾਬੀ, ਪੰਜਾਬੀ ਅਤੇ ਇੱਥੋਂ ਦੇ ਜਿਹੜੇ ਵਿਦਿਆਰਥੀ ਨੇ, ਇੱਥੋਂ ਦੇ ਖੋਜਾਰਥੀ ਨੇ, ਇੱਥੋਂ ਦੇ ਜਿਹੜੇ ਕਰਮਚਾਰੀ ਨੇ, ਅਧਿਆਪਕ ਸਾਹਿਬਾਨ ਨੇ, ਉਹਨਾਂ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ, ਉਹਨਾਂ ਨੂੰ ਜਿਹੜਾ ਹੈਗਾ ਇੱਕ ਯੂਨੀਵਰਸਿਟੀ ਲੈਵਲ ਦਾ, ਯਾਨੀ ਕਿ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਤੁਸੀਂ ਕਿਵੇਂ ਪੇਸ਼ ਕਰਨਾ ਹੈ, ਉਹਦੇ ਲਈ ਸਾਨੂੰ ਸੋਚਣਾ ਚਾਹੀਦਾ। ਡਾਕਟਰ ਸਾਹਿਬ, ਇੱਕ ਤੁਸੀਂ ਹੁਣ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਹਦੇ ਨਾਲ ਢਾਹ ਲੱਗਣੀ ਹੈ, ਪਰ ਮੈਂ ਤਾਂ ਸੁਣ ਰਿਹਾ ਸੀ ਕਿ ਲੱਖਾਂ ਵਿਦਿਆਰਥੀ ਜਿਹੜੇ ਨੇ ਉਹ ਸੇਵ ਪੰਜਾਬੀ ਯੂਨੀਵਰਸਿਟੀ ਦੇ ਨਾਂ ਦੇ ਉੱਤੇ ਇਸ ਨਾਲ ਜੁੜ ਰਹੇ ਨੇ, ਇਸ ਮੋਰਚੇ ਦੇ ਨਾਲ, ਇਸ ਸੰਘਰਸ਼ ਦੇ ਨਾਲ ਕਿ ਸਰਕਾਰ ਜਿਹੜਾ ਉਹ ਧੱਕਾ ਕਰ ਰਹੀ ਹੈ, ਤਾਂ ਫਿਰ ਉਹ ਕੌਣ ਨੇ? ਕੀ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਕਿ ਯੂਨੀਵਰਸਿਟੀ ਦਾ ਸੰਕਟ ਕੀ ਹੈ, ਜਾਂ ਫਿਰ ਤੁਸੀਂ ਕਹਿੰਦੇ ਹੋ ਕਿ ਸਰਕਾਰ ਸਹੀ ਹੈ ਤੇ ਵਿਦਿਆਰਥੀ ਗਲਤ ਹੋ ਸਕਦੇ ਨੇ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕਿ ਗਲਤ ਜਾਂ ਠੀਕ, ਮੈਂ ਇਹ ਕਹਿ ਰਿਹਾ ਕਿ ਜਿਹੜੇ ਬੰਦੇ ਨੂੰ ਜਿਹੜੀ ਡਿਊਟੀ ਦਿੱਤੀ ਹੈ, ਜੇਕਰ ਕਿਸੇ ਨੂੰ ਵਾਈਸ ਚਾਂਸਲਰ ਲਾਇਆ ਤਾਂ ਉਹਦੀ ਵਾਈਸ ਚਾਂਸਲਰ ਦੇ ਤੌਰ ਤੇ ਉਹ ਡਿਊਟੀ ਆਪਣੀ ਪੂਰੀ ਕਰੇ। ਜੇ ਕਿਸੇ ਨੂੰ ਪੇਪਰਾਂ ਦੀ ਡਿਊਟੀ ਹੈ,
ਉਹ ਆਪਣਾ ਅਧਿਕਾਰੀ ਉਹਦੀ ਉਹਦਾ ਇਮਾਨਦਾਰੀ ਨਾਲ ਨਿਭਾਵੇ। ਮੈਂ ਇਹ ਕਹਿਣਾ ਚਾਹੁੰਦਾ ਕਿ ਵਿਦਿਆਰਥੀ ਆਪਣਾ ਇਮਾਨਦਾਰੀ ਨਾਲ ਪੜ੍ਹਨ, ਰਿਸਰਚ ਕਰਨ ਵਾਲੇ ਆਪਣੇ ਇਮਾਨਦਾਰੀ ਨਾਲ ਰਿਸਰਚ ਕਰਨ, ਤਾਂ ਹੀ ਯੂਨੀਵਰਸਿਟੀ ਅੱਗੇ ਵਧੇਗੀ ਨਾ। ਕੋਈ ਇਹ ਕੁਲੈਕਟਿਵ ਕੰਮ ਹੁੰਦੇ ਨੇ, ਇਹ ਕੋਈ ਯੂਨੀਵਰਸਿਟੀ ਨੂੰ ਚਲਾਉਣਾ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ, ਸਾਰਿਆਂ ਨੇ ਮਿਲ ਕੇ ਚਲਾਉਣਾ ਹੁੰਦਾ। ਕਰਮਚਾਰੀ ਵੀ ਇਹਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ, ਅਧਿਆਪਕ ਜਿਹੜੇ ਨੇ ਉਹ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ, ਵਿਦਿਆਰਥੀਆਂ ਦੀ ਵੱਡੀ ਭੂਮਿਕਾ ਹੁੰਦੀ ਹੈ, ਖੋਜਾਰਥੀਆਂ ਦੀ ਵੱਡੀ ਭੂਮਿਕਾ ਹੁੰਦੀ ਹੈ, ਕਿਉਂਕਿ ਸਾਰੇ ਲੋਕ ਅਸੀਂ ਦਿਲੋਂ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਹਾਂ। ਇਸ ਯੂਨੀਵਰਸਿਟੀ ਨੂੰ ਅਸੀਂ ਇੰਟਰਨੈਸ਼ਨਲ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਦੇਖਣਾ ਚਾਹੁੰਦੇ ਹਾਂ, ਔਰ ਇਹਦਾ ਗਲੋਰੀਅਸ ਪੀਰੀਅਡ, ਇਹਦਾ ਇੱਕ ਇਹ ਬਹੁਤ ਵੱਡਾ ਇੱਕ ਗੋਲਡਨ ਪੀਰੀਅਡ ਹੁੰਦਾ ਸੀਗਾ, ਅਸੀਂ ਉਹਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ। ਇਹ ਤਾਂ ਹੀ ਸਾਡਾ ਜਿਹੜਾ ਦਰਦ ਹੈ ਉਹ ਅੱਜ ਚੱਲ ਰਿਹਾ ਹੈ। ਸੋ ਤਾਂ ਹੀ ਜਿਵੇਂ ਤੁਸੀਂ ਕਿਹਾ, ਇਸੇ ਲਈ ਜੁੜ ਰਹੇ ਹਾਂ। ਉਹਦੇ ਉੱਤੇ ਸਰਕਾਰ ਦੇ ਉੱਤੇ ਵੀ ਦਬਾਅ ਜਿਹੜਾ ਹੈਗਾ ਤਰੀਕੇ ਦੇ ਨਾਲ ਪਾਉਣਾ ਚਾਹੀਦਾ, ਔਰ ਸਰਕਾਰਾਂ ਨੂੰ, ਸਰਕਾਰ ਨੂੰ ਵੀ ਪਹਿਲਾਂ ਵੀ ਸਰਕਾਰਾਂ ਨੂੰ ਚਾਹੀਦਾ ਤਾਂ ਪਹਿਲਾਂ ਸੀਗਾ, ਪਰ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ, ਔਰ ਹੁਣ ਸਰਕਾਰ ਨੂੰ ਅੱਜ ਲੋੜ ਹੈ ਕਿ ਇਸ ਯੂਨੀਵਰਸਿਟੀ ਨੂੰ ਸਹੀ ਤਰੀਕੇ ਨਾਲ ਇਹਦਾ ਮਸਲਾ ਹੱਲ ਕਰੇ। ਔਰ ਜਿੱਥੋਂ ਤੱਕ ਮੇਰੀ ਗੱਲ ਹੋਈ ਹੈ, ਮੈਂ ਪਰਸਨਲੀ ਫਿਰ ਦੱਸਾਂਗਾ ਕਿ ਚੀਮਾ ਸਾਹਿਬ ਨੇ ਕਿਹਾ ਕਿ ਅਸੀਂ ਬਕਾਇਦਾ ਤੌਰ ਤੇ ਇਹਦਾ ਇਸ ਮਸਲੇ ਦਾ ਹੱਲ ਕਰਨਾ ਹੀ ਕਰਨਾ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਮਿਹਰਬਾਨੀ, ਧੰਨਵਾਦ ਸਰ। ਮੇਰੇ ਨਾਲ ਮੌਜੂਦ ਸਨ ਡਾਕਟਰ ਭੀਮਿੰਦਰ ਸਿੰਘ। ਉਮੀਦ ਕਰਦੇ ਹਾਂ ਕਿ ਯੂਨੀਵਰਸਿਟੀ ਨੂੰ ਸਿਆਸਤ ਦਾ ਅਖਾੜਾ ਨਹੀਂ ਬਣਨ ਦਿੱਤਾ ਜਾਏਗਾ ਇਸ ਮਸਲੇ ਦਾ, ਜਿਹੜਾ ਯੂਨੀਵਰਸਿਟੀ ਸੰਕਟ ਦੇ ਵਿੱਚ ਹੈ ਉਹਦਾ ਜਲਦ ਕੋਈ ਹੱਲ ਨਿਕਲੇਗਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ 'ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।